ਪਹਿਲਾ ਕੁਐਸਚਨ ਤੇ ਇਹ ਬੱਚਾ ਹੋਣਾ ਚਾਹੀਦਾ ਕਿ ਨਹੀਂ ਹੁਣ ਤਾਂ ਇੱਥੇ ਗੱਲ ਆ ਗਈ ਇਤੋਂ ਵੀ ਹੋਰ ਪਿੱਛੇ ਜਾਣਾ ਮੈਂ ਹੁਣ ਗੱਲ ਇੱਥੇ ਆ ਗਈ ਵੀ ਵਿਆਹ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਯੂ ਆਫ ਦੀ ਵਾਈਫ ਨੂੰ ਉਹਨਾਂ ਨੇ ਕਦੇ ਇੱਕ ਥੱਪੜ ਨਹੀਂ ਮਾਰਿਆ ਹਿਤਕ ਅੱਛਾ ਉਹਨਾਂ ਨੇ ਕੋਈ ਸ਼ਬਦ ਹੀ ਇਹੋ ਜਿਹਾ ਬੋਲ ਦੇਣਾ ਮਤਲਬ ਜਿਹੜਾ ਇੱਕ ਥੱਪੜ ਵੱਜਿਆ ਤਾਂ ਚਿਹਰੇ ਤੇ ਵੱਜਿਆ ਨਾ ਤਾਂ ਜਿਹੜਾ ਰੂਹ ਦੇ ਉੱਤੇ ਰੂਹ ਤੇ ਵੱਜ ਗਿਆ ਜਿਹੜਾ ਰੂਹ ਤੇ ਵੱਜ ਗਿਆ ਉਹ ਤਾਂ ਜਾਂਦਾ ਨਹੀਂ 20 ਸਾਲ ਤੋਂ ਪਹਿਲਾਂ ਪਹਿਲਾਂ ਬੱਚੇ ਵਿਆਹ ਦਿਓ ਕਾਰਨ ਉਹਦਾ ਕਾਰਨ ਇਹ ਹੈ ਵੀ ਜਦੋਂ ਨਾ ਬੰਦਾ ਬਹੁਤ ਲਗਉਤ ਮਹੱਤਵ ਕੱਢਣ ਲੱਗ ਜਾਂਦਾ ਫਿਰ ਉਹ ਉਹ ਤੋਂ ਅਡਜਸਟ ਨਹੀਂ ਹੋ ਹੁੰਦਾ 20 ਸਾਲ ਤੱਕ ਦੀ ਉਮਰ ਚ ਨਾ ਉਹ ਹਜੇ ਨਿਆਣਪਣਾ ਹੁੰਦਾ ਉਹਦੇ ਚ ਉਹ ਚਾ ਚਾਚੂ ਵਿਆਹ ਕਰਾ ਲੈਂਦੇ ਆ ਮਾੜਾ ਜਦੇ ਹੋਣਗੇ ਵੀ 2-4 ਸਾਲਾਂ ਦੇ ਨੂੰ ਬੱਚਾ-ਬੱਚਾ ਹੋ ਜਾਊਗਾ ਹਾਂ ਜੀ ਜਦੋਂ ਨਾ ਤੁਸੀਂ ਸਾਰੇ ਡਿਸੀਜਨ ਕੈਲਕੂਲੇਟਿਡ ਹੀ ਲੈਣ ਲੱਗ ਗਏ ਫਿਰ ਲਾਈਫ ਸੌਖੀ ਨਹੀਂ ਰਹਿੰਦੀ ਖੇਤੀਬਾੜੀ ਵਾਲੇ ਸਿੱਖਾਂ ਨੇ ਜਦੋਂ ਪੰਜਾਬ ਛੋਟਾ ਹੋ ਗਿਆ ਹਾਂਜੀ ਉਹਨਾਂ ਨੇ ਕਿਹਾ ਵੀ ਜ਼ਮੀਨਾਂ ਘਟ ਜਾਣੀਆਂ ਨੇ ਬਈ ਜੇ ਕਿਲੇ ਦਾ ਪੰਜ ਨੇ ਤੇ ਮੁੰਡੇ ਹੀ ਪੰਜ ਹੋ ਗਏ ਹਾਂਜੀ ਕਿਲੇ-ਕੀਲੇ ਨਾਲ ਤਾਂ ਰਿਸ਼ਤਾ ਨਹੀਂ ਹੋਣਾ ਇਸ ਲਈ ਉਹ ਕਹਿੰਦੇ ਵੀ ਨਹੀਂ ਨਹੀਂ ਜ਼ਮੀਨਾਂ ਘਟੀ ਜਾਂਦੀਆਂ ਬਈ ਜ਼ਮੀਨਾਂ ਘਟ ਰਹੀਆਂ ਨੇ ਕੋਈ ਫਾਇਦਾ ਨਹੀਂ ਹੈਗਾ ਇੱਕ ਹੀ ਮੁੰਡਾ ਠੀਕ ਆ ਸੱਸ ਨੂੰ ਉਹਦਾ ਜਿਹੜਾ ਮਸਲਾ ਨਾ ਇਹ ਬਹੁਤ ਕ੍ਰਿਟੀਕਲ ਆ ਇਵਨ ਮੈਂ ਪਹਿਲਾਂ ਸਮਝਦਾ ਸੀ ਵੀ ਇਹ ਸਾਡੇ ਤੇ ਹੀ ਆ ਹਾਂਜੀ ਉਹ ਮੈਂ ਦੇਖਿਆ ਵੀ ਤਾਂ ਗੋਰਿਆਂ ਚ ਵੀ ਆ ਬਿਲਕੁਲ ਗੋਰਿਆਂ ਦੇ ਵਿੱਚ ਵੱਧਦਾ ਮੇਰੇ ਹਿਸਾਬ ਨਾਲ ਉੱਥੇ ਉਹ ਤਾਂ ਪਹਿਲਾਂ ਹੀ ਕਲੀਅਰ ਹੁੰਦੇ ਆ ਥਾਟਸ ਦੇ ਇਸ ਕਰਕੇ ਉਹਨਾਂ ਦੇ ਰੋੜੇ ਨਹੀਂ ਪੈਂਦੇ ਪਰ ਇਹ ਚੀਜ਼ਾਂ ਚਲਦੀਆਂ ਸਾਰੇ ਕਿਤੇ ਹੀ ਆ ਅਸਮਨ ਸਰਪਾ ਇੱਕ ਗੱਲ ਦੱਸੋ ਮੈਨੂੰ ਜਿਹੜੇ ਉਹ ਬੱਚੇ ਕਿੰਨੇ ਹੋਣੇ ਚਾਹੀਦੇ ਆ ਉਨੇ ਨੂੰ ਕੁ ਸਿੰਪਲ ਜਿਹਾ ਜਵਾਲਾ ਵੀ ਜੇ ਤੁਸੀਂ ਜਵਾਨ ਹੋ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਜਨਮ ਲੈਨੇ ਹੋ ਸੋਜੀ-ਬੋਜੀ ਤੁਹਾਡੀ ਹੋਣ ਵਾਲੀ ਐ ਮਚੂਰ ਆ ਤੇ ਤੁਸੀਂ ਕੀ ਕਰੋਗੇ ਇਹ ਤੁਸੀਂ ਸ਼ੁਰੂ ਕਰ ਲਿਆ ਪੌਡਕਾਸਟ ਆ ਜੀ ਪੌਡਕਾਸਟ ਦਾ ਮਤਲਬ ਤੇ ਇਹੀ ਆ ਹਾਂਜੀ ਠੀਕ ਹੈ ਅੱਛਾ ਮੈਂ ਕਿਤੇ ਹੋ ਕੈਮਰੇ ਪੁੱਛਦੇ ਹਾਂ ਵੀ ਪਰਸਨਲ ਸਲਾਹ ਲੈ ਆ ਚਾ ਪਰਸਨਲ ਸਲਾਹ ਲੈ ਲਈ ਪਰਸਨਲ ਤਾਂ ਦਾਸ ਨੂੰ ਦਾਸ ਦਾ ਤਾਂ ਜਿਹੜਾ ਜੀਵਨ ਹੈ ਨਾ ਮੈਂ ਜਥੇਦਾਰ ਸਾਹਿਬ ਦੇ ਮਤਲਬ ਬਚਨਾਂ ਤੇ ਚੱਲਦਾ ਬਚਨਾਂ ਦੇ ਚੱਲਦੇ ਆ ਤਿੰਨ ਜਵਾਕ ਹੋ ਗਏ ਆ ਗੁਰੂ ਮਾਰੇ ਕੋਲ ਅਰਦਾਸ ਕਰਦੇ ਆ ਦੋ ਹੋਰ ਹੋ ਜਾਣ ਪੰਜ ਬਹੁਤ ਆ ਹਾਂ ਬਿਲਕੁਲ ਸਹੀ ਐ ਤੁਹਾਡੀ ਇਸ ਚੀਜ਼ ਬਾਰੇ ਕੀ ਵਿਚਾਰ ਆ ਵੀ ਕੀ ਹੋਣਾ ਕੀ ਚਾਹੀਦਾ ਵੀ ਕਿਵੇਂ ਕੀ ਸੋਚਦੇ ਹੋ ਵੀ ਜਵਾਕ ਕਿੰਨੇ ਹੋਣੇ ਚਾਹੀਦੇ ਆ ਤੇ ਕਿਉਂ ਰੀਜ਼ਨ ਕੀ ਹੈ ਰੀਜ਼ਨ ਬਿਹਾਈਂਡ ਥੈਟ ਗੱਲ ਹੁਣ ਇਹ ਆ ਜਿਹੜੇ ਯੁੱਗ ਚ ਅੱਪਾ ਜਿਉਂ ਰਹੇ ਆ ਨਾ ਅੱਜ ਹਾਂਜੀ ਇਹਦੇ ਚ ਪਹਿਲਾ ਕੁਐਸਚਨ ਤੇ ਇਹ ਬੱਚਾ ਹੋਣਾ ਚਾਹੀਦਾ ਕਿ ਨਹੀਂ ਹੁਣ ਤਾਂ ਇੱਥੇ ਗੱਲ ਆ ਗਈ ਅੱਛਾ ਜੀ ਇਤੋਂ ਵੀ ਹੋਰ ਪਿੱਛੇ ਜਾਣਾ ਮੈਂ ਹੂੰ ਹੂੰ ਹੁਣ ਗੱਲ ਇੱਥੇ ਆ ਗਈ ਭਈ ਵਿਆਹ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਚਲੋ ਉਤੋਂ ਸ਼ੁਰੂ ਕਰਦੇ ਆ ਮੈਨੂੰ ਲੱਗਦਾ ਭਈ ਅੱਜ ਸਭ ਤੋਂ ਵੱਧ ਖਤਰੇ ਚ ਹਾਂਜੀ ਕੋਣਾ ਨਾ ਇਮੀਗ੍ਰੇਸ਼ਨ ਇਮੀਗ੍ਰੈਂਟ ਨੇ ਨਾ ਸਿਟੀਜ਼ਨ ਨੇ ਨਾ ਸਟੂਡੈਂਟ ਨੇ ਹਾਂਜੀ ਸਭ ਤੋਂ ਵੱਧ ਖਤਰੇ ਚ ਵਿਆਹ ਦੇ ਇੰਸਟੀਚੂਟ ਅੱਜ ਸਭ ਤੋਂ ਵੱਧ ਖਤਰੇ ਚ ਵਿਆਹ ਵਾਲੇ ਇੰਸਟੀਚੂਟ ਜਿਨ੍ਹਾਂ ਦਾ ਤਾਲਾ ਲੱਗਣ ਦੀ ਕਗਾਰ ਤੇ ਆਏ ਹੋਏ ਆ ਕਾਰਨ ਕੀ ਆ ਕਿ ਉਹਨਾਂ ਨੂੰ ਜੋ ਬੱਸ ਬੰਦ ਹੋਣ ਵਾਲੇ ਹੀ ਆ ਬਾ ਮਤਲਬ ਹੋਇਆ ਨਹੀਂ ਕਰਨੇ ਨਹੀਂ ਵਿਆਹ ਨਹੀਂ ਹੋਇਆ ਕਰਨੇ ਫਿਰ ਹੋਇਆ ਕੀ ਕਰੂਗਾ ਬਈ ਮੈਂ ਨਾ ਇੱਕ ਵਾਰੀ ਆਪਣੇ ਮ사ਜ ਥੈਰਾਪਿਸਟ ਕੋਲ ਗਿਆ ਆਪਣਾ ਮੁੰਡਾ ਸੀ ਹਾਂਜੀ ਉਹ ਹੁਣ ਹੁੰਦਾ ਵੀ ਘੰਟਾ ਤੁਹਾਡੇ ਕੋਲ ਹੁੰਦਾ ਰੋਹੀ ਗੱਲਾਂ ਕਰਨੀਆਂ ਉੱਥੇ ਬਹਿ ਗਏ ਹੈ ਨਾ ਮੈਂ ਉਹਨੇ ਮ사ਜ ਕਰੀ ਮਸ਼ੀਨ ਜੀ ਲਾ ਕੇ ਛੱਡ ਦਦੇ ਹੈ ਨਾ ਨਹੀਂ ਉਹ ਤਾਂ ਖਾਣਾ ਕਰਦੇ ਆ ਉਹ ਤਾਂ ਮ사ਜ ਹੀ ਕਰਦੇ ਆ ਠੀਕ ਹੈ ਉਹ ਗੱਲਾਂ ਕਰਨ ਲੱਗ ਗਿਆ ਕਹਿੰਦਾ ਭਾਜੀ ਤੁਸੀਂ ਮੈਨੂੰ ਦੱਸੋ ਹਾਂਜੀ ਕੋਈ ਬੰਦੇ ਨੂੰ ਵਿਆਹ ਕਰਾਉਣਾ ਚਾਹੀਦਾ ਹਾਂਜੀ ਮੈਂ ਕਿਹਾ ਯਾਰ ਹਾਂ ਵੀ ਵਿਆਹ ਤਾਂ ਮਸਟ ਹੈ ਯਾਰ ਮਤਲਬ ਮੇਰੇ ਹਿਸਾਬ ਨਾਲ ਉਹ ਕਰਾ ਲੈਣੇ ਚਾਹੀਦਾ ਬਿਲਕੁਲ ਕਹਿੰਦਾ ਕੋਈ ਰੀਜਨ ਦੱਸੋ ਹੂੰ 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 ਮੈਂ ਕਿਹਾ ਵੀ ਕਹਿੰਦੇ ਆ ਵੀ ਵਿਆਹ ਮੋਤੀ ਜੂੜ ਦੇ ਲੱਡੂ ਹੈ ਹੂੰ ਹੂੰ ਵੇ ਖਾ ਕੇ ਵੀ ਪਛਤਾਉਂਦਾ ਨਾ ਖਾ ਕੇ ਪਛਤਾਉਂਦਾ ਹੂੰ ਖਾ ਕੇ ਪਛਤਾਲੇ ਖਾ ਕੇ ਪਛਤਾਵੇ 10 ਮਿੰਟ ਤੱਕ ਵਧੀਆ ਵਧੀਆ ਲੱਗੂ ਪਛਤਾਉਣ ਦਾ ਨਾ ਖਾ ਕੇ ਵੀ ਆ ਹੂੰ ਹੂੰ ਉਹ ਕਹਿੰਦਾ ਵੀ ਮੈਂ ਆਪਣੇ ਬੱਚਿਆਂ ਨੂੰ ਬਸ ਕੋਈ ਮਤ ਦੇ ਰਿਹਾ ਵੀ ਗਲਤ ਜ਼ਿੰਦਗੀ ਜਿਹੜੀ ਮਰਜ਼ੀ ਗਲਤੀ ਕਰ ਲਿਓ ਹੂੰ ਹੂੰ ਬਸ ਵਿਆਹ ਨਾ ਕਰਾਓ ਅੱਛਾ ਉਹਨੂੰ ਐਜੀ ਠੋਕਰ ਲੱਗੀ ਹੋਈ ਆ ਮੈਂ ਕਹਾਂ ਯਾਰ ਤੂੰ ਬੰਦ ਕਰ ਮ사ਜ ਉਹ ਕਹਿੰਦਾ ਉਹ ਦੀ ਸਟੋਰੀ ਦੱਸੀ ਕੀ ਆ ਉਹ ਕਹਿੰਦਾ ਨਾ ਜੀ ਮੈਂ ਤਾਂ ਨੈਣੇ ਨੂੰ ਹਰ ਰੋਜ਼ ਕਹਿੰਦਾ ਪੁੱਤ ਜੋ ਮਰਜ਼ੀ ਕਰ ਲਿਓ ਵਿਆਹ ਨਹੀਂ ਕਰਾਉਣਾ ਵਿਆਹ ਨਹੀਂ ਕਰਾਉਣਾ ਮੈਂ ਕਿਹਾ ਏਡੀ ਕੀ ਗੱਲ ਹੋ ਗਈ ਉਹ ਬੰਦੇ ਨੇ ਹੋਰ ਡੀਪ ਸਟੱਡੀ ਕੀਤੀ ਅੱਛਾ ਜੀ ਕਹਿੰਦਾ ਮੈਨੂੰ ਪਹਿਲੇ ਮੇਰੇ ਸਵਾਲਾਂ ਦੇ ਜਵਾਬ ਦਿਓ ਜੀ ਤੁਸੀਂ ਹਾਂ ਜੀ ਮੈਂ ਕਿਹਾ ਦੱਸੋ ਕਹਿੰਦਾ ਬਈ ਮੈਂ ਤਾਂ ਇੱਕ ਦਿਨ ਹੁਣ ਗੁਰਦੁਆਰੇ ਗਿਆ ਤਾਂ ਉੱਥੇ ਇੰਗਲਿਸ਼ ਦੇ ਵਿੱਚ ਮੀਨਿੰਗ ਚੱਲ ਰਹੇ ਸੀ ਜਿਹੜੇ ਗੁਰਬਾਣੀ ਦੇ ਹਨਾ ਲਾਵਾਂ ਦੇ ਕਹਿੰਦਾ ਮੈਨੂੰ ਤਾਂ ਪਤਾ ਲੱਗਿਆ ਉਹਦੋਂ ਵੀ ਇਹ ਚ ਵਿਆਹ ਦੀ ਤਾਂ ਗੱਲ ਹੀ ਨਹੀਂ ਕੋਈ ਅੱਛਾ ਕਹਿੰਦਾ ਮੈਂ ਤਾਂ ਉਹ ਜਦੋਂ ਮੇਰਾ ਡਿਵੋਰਸ ਹੋਣਾ ਕਹਿੰਦਾ ਮੈਂ ਤਾਂ ਇਹ ਕਹਿੰਦਾ ਵਿਆਹ ਹੋਇਆ ਹੀ ਨਹੀਂ ਜੀ ਅੱਛਾ ਜਿਹੜੀਆਂ ਲਾਵਾ ਪੜਦੇ ਉਹਦੀ ਗੱਲ ਕਰਦਾ ਮੈਂ ਅੱਜ ਉਹ ਕਹਿੰਦਾ ਮੈਂ ਤਾਂ ਕੋਈ ਕਮਿਟਮੈਂਟ ਨਹੀਂ ਕੀਤੀ ਅੱਛਾ ਕਹਿੰਦਾ ਮੈਨੂੰ ਪਹਿਲਾਂ ਪਤਾ ਹੀ ਨਹੀਂ ਸੀ ਪੰਜਾਬੀ 'ਚ ਵਿਆਹ ਬਾਰੇ ਕਹਿੰਦਾ ਉਹਦਾ ਸਮਝ ਹੀ ਨਹੀਂ ਆਈ ਜੇ ਪਤਾ ਹੁੰਦਾ ਤੇ ਮੈਂ ਮੈਨਾਂ ਕਹਿੰਦਾ ਕਦੋਂ ਦੇ ਨੇ ਭੜਕਾ ਦੇਣਾ ਹੀ ਪਿਆ ਅੱਛਾ ਜੀ ਮੈਂ ਕੀ ਗੱਲ ਕਹਿੰਦਾ ਵੀ ਉਹ ਚ ਤਾਂ ਗੱਲ ਰੱਬ ਦੀ ਤੇ ਆਤਮਾ ਦੀ ਹੁੰਦੀ ਸਾਰੀਆਂ ਸਾਡੇ ਵਿਆਹ ਦੀ ਤਾਂ ਕੋਈ ਕਮਿਟਮੈਂਟ ਨਹੀਂ ਲਈ ਹੂੰ ਮਸਲਾਮਾ ਪੜਤੀਆਂ ਮੁੜ ਕੇ ਕਹਿੰਦਾ ਵਿਆਹ ਹੋਇਆ ਮੇਰੇ ਬਾਬਲਾ ਹਾਂ ਮੈਂ ਕਿਹਾ ਭਰਾਵਾ ਵੀ ਉਹ ਦੋਨੋਂ ਪਾਸੇ ਚੱਲਦੀ ਆ ਵੀ ਉਧਰ ਦੀ ਗੱਲ ਵੀ ਇਧਰ ਦੀ ਵੀ ਗੱਲ ਹੈ ਕਹਿੰਦਾ ਨਹੀਂ ਯਾਰ ਇਹ ਵੀ ਇਹ ਦੁਨੀਆਦਾਰੀ ਦੀ ਗੱਲ ਆ ਉਹ ਰੋਹਾਨੀ ਗੱਲ ਆ ਹਾਂ ਸੋ ਉਹ ਕਹਿੰਦਾ ਵੀ ਬੰਦੇ ਬਈ ਵਿਆਹ ਮੀਨਜ਼ ਲਾਇਬਿਲਟੀ ਦੈਟਸ ਇਟ ਉਹ ਬੰਦੇ ਦਾ ਵਿਚਾਰ ਸੀ ਉਹ ਇਥੋਂ ਦਾ ਬਾਰਨ ਹੋਣਾ ਇਥੋਂ ਦਾ ਬਾਰਨ ਅਸੀਂ ਹੂੰ ਹੂੰ ਉਹ ਕਹਿੰਦਾ ਵਿਆਹ ਦਾ ਮਤਲਬ ਇੰਨਾ ਹੀ ਹੈ ਵੀ ਇੱਕ ਲਾਇਬਿਲਟੀ ਹੈ ਹੂੰ ਕਹਿੰਦੇ ਨਾ ਜੇ ਫਿਰ ਇਹ ਦੋਨੇ ਪਾਸੇ ਆ ਲਾਇਬਿਲਟੀ ਔਰਤ ਦੇ ਕੋਲੇ ਵੀ ਹੈ ਤੇ ਬੰਦੇ ਕੋਲੇ ਵੀ ਹੈ ਦੋਨੋਂ ਕੋਲੇ ਹੈ ਫਿਰ ਕਿਸ ਲਈ ਓਕੇ ਮੇਰੇ ਸਾਹਬ ਨੂੰ ਜਿਹਦੇ ਕੋ ਪੈਸੇ ਬੰਦੇ ਤੇ ਥੋੜੀ ਵੱਧ ਹੁੰਦੀ ਆ ਕਿਉਂਕਿ ਇਸ ਮੁਲਕ ਚ ਕਾਨੂੰਨ ਥੋੜਾ ਜਿਆ ਬੁੜਿਆਂ ਨੂੰ ਵਾਧ ਦੇ ਦਿੱਤਾ ਹੋਇਆ ਅਧਿਕਾਰ ਵਾਧ ਦੇ ਅਧਿਕਾਰ ਹੁੰਦੇ ਆ ਹਨ ਉਹ ਗੱਲ ਵੀ ਠੀਕ ਆ ਕਿਉਂਕਿ ਉਹਨਾਂ ਨੂੰ ਸ਼ੋਸ਼ਣ ਵੀ ਉਹਨਾਂ ਦਾ ਬਹੁਤ ਹੁੰਦਾ ਹਨਾ ਉਹਨਾਂ ਨੂੰ ਜ਼ਰੂਰੀ ਨਹੀਂ ਵਾਧ ਦੇ ਅਧਿਕਾਰ ਦੇਣੇ ਜਿਹਨੂੰ ਵਾਧ ਦੇ ਅਧਿਕਾਰ ਦਿੱਤੇ ਹੋਏ ਆ ਇਹ ਵਾਧ ਸ਼ੋਸ਼ਣ ਉਹਨਾਂ ਦਾ ਇਹੀ ਕੰਟਰੀ ਚ ਹੁੰਦਾ ਜਾਂ ਸਾਰੇ ਕਿਤੇ ਪੂਰੀ ਦੁਨੀਆ ਚ ਹੁੰਦਾ ਨਹੀਂ ਸਾਰੇ ਕਿਤੇ ਹੁੰਦਾ ਓਕੇ ਮਤਲਬ ਇੱਕ ਗੱਲ ਤਾਂ ਮੰਨਣੀ ਪੈਣੀ ਆ ਵੀ ਮਰਦ ਪ੍ਰਧਾਨ ਸਮਾਜ ਆ ਇਹ ਹੂੰ ਹੂੰ ਜਿਹੜਾ ਚੱਲ ਰਿਹਾ ਸਿਸਟਮ ਆ ਮਰਦਪੁਣਾ ਤੇ ਤੁਹਾਨੂੰ ਲੱਗਦਾ ਮੈਂ ਸੌਰੀ ਪਰਸਨਲ ਜਿਹਾ ਸਵਾਲ ਆ ਕਿ ਮਾਇਂਡ ਨਾ ਕਰਿਓ ਵੀ ਤੁਹਾਨੂੰ ਲੱਗਦਾ ਵੀ ਕਿਤੇ ਵੀ ਆਪਣੀਆਂ ਮਾਵਾਂ ਜਾਂ ਜਿਹੜੀਆਂ ਭੈਣਾਂ ਮਾਂ ਇਹਨਾਂ ਨਾਲ ਵੀ ਤਕਾ ਹੋ ਰਿਹਾ ਕਿੰਨਾ ਕਿਤੇ ਬਿਲਕੁਲ ਬਿਲਕੁਲ ਓਕੇ ਕਿਸ ਪ੍ਰਕਾਰ ਦਾ ਮਤਲਬ ਜੇ ਆਪਾਂ ਕਹਿ ਦਿੰਨੇ ਆਂ ਵੀ ਜ਼ਿੰਮੇਵਾਰੀਆਂ ਦਾ ਜਾਂ ਕਿੱਦਾਂ ਜ਼ਿੰਮੇਵਾਰੀਆਂ ਦਾ ਵੀ ਹੂੰ ਹੂੰ ਤੇ ਦੇਖੋ ਇੱਕ ਸਮਾਂ ਸੀਗਾ ਵੀ ਔਰਤਾਂ ਤੇ ਮਰਦ ਦਾ ਫੁੱਲ ਦਬ ਦਬਾ ਸੀ ਹੂੰ ਹੂੰ ਇੱਕੋ ਜਿਹਾ ਬਰਾਬਰ ਦਾ ਹਣਾ ਨਹੀਂ ਪੂਰਾ ਦਬ ਦਬਾ ਸੀ ਵੀ ਹਸਬੰਡ ਦਾ ਵਾਈਫ ਦੇ ਉੱਤੇ ਹਾਂ ਹੂੰ ਹੂੰ ਪਰ ਉਦੋਂ ਉਹ ਜੌਬ ਕਰਨੀ ਸੀ ਜਾਂਦੀ ਹੂੰ ਉਹ ਘਰੇ ਰਹਿੰਦੀ ਸੀ ਉਹਦਾ ਕੰਮ ਸੀ ਰੋਟੀ ਬਣਾਉਣੀ ਘਰ ਵਾਲਿਆਂ ਨੂੰ ਆਏ ਨੂੰ ਗਰਮ ਪ੍ਰਸ਼ਾਦਾ ਸ਼ਿਕਾਉਣਾ ਹੂੰ ਹੂੰ ਘਰ ਦੀ ਸਫਾਈ ਕਰ ਲੈਣੀ ਬੱਚੇ ਜੰਮਣੇ ਪਾਲਣੇ ਸਾਰਾ ਕੁਝ ਠੀਕ ਹੈ ਹੈਨਾ ਤੇ ਹੁਣ ਕੀ ਹੋ ਗਿਆ ਵੀ ਇੱਕ ਤਾਂ ਜੌਬ ਵੀ ਕਰਨੀ ਆ ਹਾਂਜੀ ਅਸੀਂ ਮੇਰੇ ਵਰਗਾ ਬੰਦਾ ਵੀ ਉਹਨੂੰ ਚਾਹ ਨਹੀਂ ਬਣਾਉਣੀ ਉਹਦੀ ਤੇ ਦਿਨ ਹਜੇ ਤੱਕ ਹੂੰ ਹੂੰ ਰੋਟੀ ਬਣਾਉਣਾ ਤਾਂ ਮੈਂ ਕਦੇ ਸੁਪਨਾ ਵੀ ਨਹੀਂ ਲਿਆ ਉਹ ਸਾਰੀਆਂ ਜ਼ਿੰਮੇਵਾਰੀਆਂ ਕੱਪੜੇ ਨਹੀਂ ਧੋਣੇ ਪ੍ਰੈਸ ਨਹੀਂ ਕੀਤੇ ਹਨਾ ਉਹ ਸਾਰੇ ਕੰਮ ਉਹਦੇ ਆ ਜੇ ਹੁਣ ਉਹ ਕੰਮ ਵੀ ਕਰੇ ਨਾਲ ਹੂੰ ਹੂੰ ਫੇਤ ਸੋਸ਼ ਨਹੀਂ ਹੋ ਗਿਆ ਨਾ ਬਿਲਕੁਲ ਜਾਉਂਦਾ ਮੈਂ ਕਮਾ ਵੀ ਜਿਵੇਂ ਚਲੋ ਸਾਡੇ ਜੇ ਗੁੱਡ ਲੱਕ ਆ ਬਈ ਉਹ ਕੰਮ ਨਹੀਂ ਕਰਦੀ ਹੁਣ ਲੇਟਲੀ ਘਰੇ ਕੰਮ ਬਹੁਤ ਨੇ ਕੰਮ ਕੀ ਕਰਨੇ ਆ ਹਾਂ ਬਜ਼ੁਰਗ ਨੇ ਘਰ ਦੇ ਵਿੱਚ ਬੱਚੇ ਨੇ ਹਾਂਜੀ ਸੋ ਇਹ ਗੱਲ ਤਾਂ ਮੰਨਣੀ ਪਊਗੀ ਵੀ ਸਾਡੀਆਂ ਬੀਬੀਆਂ ਭੈਣਾਂ ਦਾ ਸ਼ੋਸ਼ਣ ਤਾਂ ਹੋ ਰਿਹਾ ਓਕੇ ਜੀ ਮਰਦ ਪ੍ਰਧਾਨ ਸਮਾਜ ਆ ਇਹ ਤੁਸੀਂ ਵਿਧਾਈ ਦੇ ਪਾਤਰ ਹੋ ਵੀ ਤੁਸੀਂ ਇਹ ਗੱਲ ਮੰਨ ਰਹੇ ਹੋ ਉਹ ਵੀ ਔਨ ਦਾ ਕੈਮਰਾ ਵੀ ਕਈ ਵਾਰੀ ਤਾਂ ਜਿਹੜੇ ਇੱਕ ਜਿਹੜੀ ਆਪਣੇ ਅੰਦਰ ਈਗੋ ਆ ਮਰਦ ਪ੍ਰਧਾਨ ਵਾਲੀ ਉਹ ਮੰਨਣ ਹੀ ਨਹੀਂ ਦਿੰਦੀ ਉਹ ਕਹਿੰਦੀ ਵੀ ਨਹੀਂ ਤੱਕ ਨਹੀਂ ਧੱਕਾ ਕਰੀ ਵੀ ਜਣਾ ਨਹੀਂ ਨਹੀਂ ਉਹ ਕਹਿੰਦਾ ਵੀ ਧੱਕਾ ਮੈਂ ਕਰਦਾ ਨਹੀਂ ਇਹ ਤਾਂ ਤਾਂ ਫਰਜ ਆ ਇਹਦੇ ਨੂੰ ਕਰਨਾ ਪੈਣਾ ਇਹਦੇ ਜਿੰਨੇ ਨੂੰ ਵਿਆਹ ਕੇ ਲਿਆਉਂਦਾ ਸੀ ਇਹਦੇ ਨਾਲ ਕਮਿਟਮੈਂਟ ਹੀ ਇਹ ਸੀ ਵੀ ਭਾਈ ਤੈ ਘਰ ਸਾਹਮਣਾ ਵੀ ਜੇ ਜਿਹਦਾ ਤੁਹਾਨੂੰ ਰੋਟੀ ਟੋਕ ਆਉਂਦਾ ਵਾ ਤਾਂ ਭਾਈ ਆ ਜਾ ਤੇ ਕੰਮ ਇਹ ਆ ਦੀ ਮਰਜ਼ੀ ਨਾਲ ਕਰਨ ਲੱਗੀ ਹੈ ਕਹਿੰਦੀ ਮੈਂ ਦੁਨੀਆਦਾਰੀ ਦੇਖਣੀ ਆ ਤੇ ਝ ਧੱਕਾ ਕੀ ਹੋ ਗਿਆ ਵੀ ਦੱਸੋ ਸਾਨੂੰ ਨਹੀਂ ਤੁਸੀਂ ਹੋਈ ਦਿਮੋਗੀ ਨਾਰਮਲ ਗੱਲ ਕਰਦਾ ਹਾਂ ਆਮ ਲੋਕੀਂ ਤੇ ਸੋਚਦੇ ਆ ਪਰ ਚੱਕਰੇ ਹੈ ਆ ਨਾ ਦੇਖੋ ਅਸੀਂ ਕਹਿੰਦੇ ਆ ਭਈ ਹਰ ਬੰਦਾ ਕਹੂਗਾ ਵੀ ਸਾਡੀ ਕੁੜੀਆਂ ਦੁਖੀ ਨੇ ਹਾਂਜੀ ਸਾਡੇ ਘਰ ਜਿਹੜੀਆਂ ਆਈਆਂ ਨੇ ਇਹ ਰਾਜ ਕਰਦੀਆਂ ਹਮ ਹਰ ਇੱਕ ਨੂੰ ਐਂ ਲੱਗਦਾ ਹੁੰਦਾ ਹੈ ਹਮ ਪਰ ਇਹ ਮਤਲਬ ਦੁਖੀ ਹੋਣਾ ਨਾ ਨਾ ਖੁਸ਼ ਹੋਣਾ ਹਮ ਹਮ ਇੱਕ ਹੈਗਾ ਖੁਸ਼ ਹੋਣਾ ਹਮ ਹਮ ਇੱਕ ਹੋਣਾ ਬਈ ਆਨੰਦਤ ਹੋਣਾ ਹਮ ਇੱਕ ਹੈਗਾ ਬਈ ਦੁਖੀ ਨਾ ਕਰਨਾ ਹਮ ਇੱਕ ਹੋਣਾ ਦੁਖੀ ਹੋਣਾ ਹਮ ਇੱਕ ਹੋਣਾ ਤਸੱਦਦਹਿਣਾ ਇਹ ਸਾਰਾ ਕੁਝ ਏ ਡੱਡਾ ਲੈਵਲ ਨੇ ਠੀਕ ਹੈ ਹੈਨਾ ਬੇ ਬਹੁਤ ਖੁਸ਼ ਆਲੇ ਦਾ ਗਿਣਤੀ ਦੇ ਹੋਣਗੇ ਹਮ ਹੈਨਾ ਕਈ ਬੰਦੇ ਇਹੋ ਜਿਹੇ ਆ ਮੈਂ ਜਾਣਦਾ ਪਈ ਉਹ ਆਪਦੀ ਵਾਈਫ ਨੂੰ ਉਹਨਾਂ ਨੇ ਕਦੇ ਇੱਕ ਥੱਪੜ ਨਹੀਂ ਮਾਰੇ ਹਾਈ ਤੱਕ ਕੰਗਣਾ ਰੋਦੇ ਭਾਵੇਂ ਬੱਜੇ ਉਹ ਨਾ ਨਹੀਂ ਮਾਰੇ ਨਾ ਉਹਨਾਂ ਨੇ ਕੋਈ ਸ਼ਬਦ ਇਹੋ ਜਿਹਾ ਬੋਲ ਦੇਣਾ ਹਮ ਹੈਨਾ ਉਹ ਥੱਪੜ ਤੋਂ ਵੀ ਵੱਧ ਤਾਂ ਦੀ ਮਾਰ। ਸਾੜ ਦੇਣਾ ਵਿਚਾਰੀ ਨੂੰ ਹਨਾ। ਮਤਲਬ ਜਿਹੜਾ ਇੱਕ ਥੱਪੜ ਵੱਜਿਆ ਤਾਂ ਚਿਹਰੇ ਤੇ ਵੱਜਿਆ ਨਾ ਤੇ ਜਿਹੜਾ ਰੂਹ ਦੇ ਉੱਤੇ ਸਾੜ ਦੇ ਰੂਹ ਤੇ ਵੱਜ ਗਿਆ। ਜਿਹੜਾ ਰੂਹ ਤੇ ਵੱਜ ਗਿਆ ਤਾਂ ਜਾਂਦਾ ਨਹੀਂ। ਮਤਲਬ ਉਹਨੂੰ ਕੋਈ ਐਸੀ ਦੀ ਭੈੜੀ ਗੱਲ ਕਹਿ ਦੇਣੀ ਆ। ਟੌਂਟ ਮਾਰ ਦੇਣੀ ਆ। ਟੌਟ ਮਾਰ ਦੇਣੀ ਆ। ਉਹਦੇ ਪਿਓ ਬਾਰੇ, ਉਹਦੇ ਭਰਾ ਬਾਰੇ, ਉਹਦੇ ਪੇਕੇ ਆ ਬਾਰੇ, ਉਹਦੀ ਮਾਂ ਬਾਰੇ। ਉਹ ਜੀ ਗੰਦੀ ਗਾਲੀ ਕੱਢ ਗਾਲੀ ਕੱਢ ਦੇਣੀ ਆ ਹਨਾ। ਉਹਨੂੰ ਲਾਈਟ ਜਿਆ ਲੈਣਾ ਮੈਂ ਕੀ ਕਿਹਾ। ਹੂੰ ਹੂੰ ਹੂੰ। ਫਿਰ ਇਹ ਕਹਿੰਦਾ ਮੈਂ ਕੁਝ ਕਿਹਾ ਮੇਰਾ ਇੰਨਾ ਵੀ ਹੱਕ ਨਹੀਂ। ਹੂੰ। ਹੱਕ ਗਾਲਾਂ ਕੱਢਣ ਦਾ ਹੱਕ ਤਾਂ ਮ ਨੇ ਜਾਂ ਦੂਜੇ ਨੂੰ ਆਪਾਂ ਘੱਟੋ ਘੱਟ ਹਿਊਮਨ ਬੀਇੰਗ ਸਮਝੀਏ ਹਾਂਜੀ ਬੜੀ ਸੁਣੀ ਤੁਹਾਨੂੰ ਘਰ ਯਾਦ ਆਈ ਸੌਰੀ ਥੋੜੀ ਗੱਲ ਕੱਟ ਰਿਹਾ ਇਹੀ ਐਟੀਟਿਊਡ ਉਹਦਾ ਆਪਦੀ ਭੈਣ ਦੇ ਪ੍ਰਤੀ ਕਿਉਂ ਨਹੀਂ ਹੁੰਦਾ ਹੱਕ ਤਾਂ ਤੁਹਾਡਾ ਬਿਲਕੁਲ ਹੱਕ ਤਾਂ ਭੈਣ ਭੈਣਾ ਇੱਕ ਇੱਕ ਘਰ ਵਾਲੀ ਆ ਜੇ ਆਪਾਂ ਗੱਲ ਕਰਦੇ ਆ ਟ੍ਰੀਟ ਕਰਨ ਦੀ ਗੱਲ ਕਰਦੇ ਆ ਇੱਕ ਮਾਂ ਹੋ ਗਈ ਘਰ ਵਾਲੀ ਹੋ ਗਈ ਤੇ ਭੈਣ ਹੋ ਗਈ ਮੇਰੇ ਹਿਸਾਬ ਨਾਲ ਜੇ ਤੁਸੀਂ ਤਿੰਨਾਂ ਨੂੰ ਇੱਕੋ ਜਿਹਾ ਦਿੰਨੇ ਹੋ ਜੇ ਆਪਣੀ ਮਾਂ ਨੂੰ ਤੇ ਭੈਣ ਨੂੰ ਇੱਕੋ ਜਿਹਾ ਦਿੰਨੇ ਤਾਂ ਘਰ ਵਾਲੀ ਦੀ ਵੀ ਬਣਦੀ ਆ ਮੈਨੂੰ ਐਂ ਲੱਗਦਾ ਹਾਂਜੀ ਬਈ ਯਾਰ ਇੰਨਾ ਫੇਰ ਹੋ ਨਹੀਂ ਹੁੰਦਾ ਨਹੀਂ ਹੋ ਹੁੰਦਾ ਇਹ ਔਖਾ ਅੱਛਾ ਜੀ ਵੀ ਇਸ ਕਰਕੇ ਨਾ ਬੰਦਾ ਐਂ ਕਰੇ ਹੂੰ ਵੀ ਵਿਆਹ ਤੋਂ ਪਹਿਲਾਂ ਮਾਂ ਨੂੰ ਪੂਰੀ ਵਧੀਆ ਟ੍ਰੀਟ ਕਰੋ ਠੀਕ ਹੈ ਤੇ ਵੀ ਭੈਣ ਨੂੰ ਭੈਣ ਦੇ ਵਿਆਹ ਤੋਂ ਪਹਿਲਾਂ ਵਧੀਆ ਟ੍ਰੀਟ ਕਰੋ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੂੰ ਆਦੇ ਹਾਲਾਤ 'ਚ ਛੱਡਦੇ ਕਿਉਂਕਿ ਐਡੇ ਟਾਈਮ ਨਾ ਤੁਸੀਂ ਤਿੰਨਾਂ ਨੂੰ ਗੁੱਡ ਟ੍ਰੀਟ ਨਹੀਂ ਕਰ ਸਕਦੇ ਮੈਂ ਕਿ ਦੱਸਦਾ ਤੁਹਾਨੂੰ ਹਾਂ ਹੁਣ ਮੈਂ ਸਾਡਾ ਕੀ ਆ ਤੁਹਾਡਾ ਘਰ ਦੇਖਿਆ ਤੁਸੀਂ ਮੈਂ ਠੀਕ ਹੈ ਜੀ ਮੈਂ ਕੀ ਆ ਵੀ ਹੈ ਨਾ ਸਭ ਤੋਂ ਵੱਧ ਇੱਥੇ ਕੀ ਸਿੱਖਣ ਨੂੰ ਵੀ ਮਿਲੋ ਲੋਕਾਂ ਨੂੰ ਬਹੁਤ ਕੁਝ ਕਿਉਂਕਿ ਮੈਂ ਜਿੰਨਾ ਕਿ ਮੈਂ ਸਿੱਖਿਆ ਮੈਂ ਕੀ ਕੀਤਾ ਸਾਡੇ ਘਰ ਦੇ ਵਿੱਚ ਅਸੀਂ ਜੁਆਇੰਟ ਫੈਮਿਲੀ ਹੈ ਤੁਹਾਨੂੰ ਪਤਾ ਠੀਕ ਹੈ ਜੀ ਚਾਰ ਔਰਤਾਂ ਠੀਕ ਹੈ ਜੀ ਇੱਕ ਮੇਰੀ ਵਾਈਫ ਹੋਗੀ ਮੇਰੇ ਭਰਾ ਦੀ ਵਾਈਫ ਹੋਗੀ ਤੇ ਮੇਰੀ ਮੇਰੀ ਮਾਤਾ ਜੀ ਹੋਵੇ ਤੇ ਇੱਕ ਮੇਰੀ ਭੈਣ ਹੋਗੀ ਉਹ ਤਾਂ ਚਲੋ ਹੁਣ ਵਿਆਹ ਹੀ ਗਈ ਉਹ ਆਪਣੇ ਘਰ ਚਲੇ ਗਈ ਅਸੀਂ ਤਿੰਨ ਪਰਿਵਾਰ ਹਾਂ ਮੈਂ ਕਹਾਂ ਵੀ ਤਿੰਨਾਂ ਪਰਿਵਾਰਾਂ ਦੀ ਕਿਚਨ ਲਗ-ਲਗ ਕਰ ਦੋ। ਹੂੰ ਠੀਕ ਹੈ ਜੀ। ਕਿਉਂਕਿ ਇਹਨਾਂ ਦਾ ਜਦੋਂ ਰੋਲਾ ਪੈਣਾ, ਰੋਟੀ ਟੁੱਕ ਤੇ ਪੈਣਾ। ਸਬਜੀ ਤੇ ਪੈਣਾ, ਸਬਜੀ ਇਹਨਾਂ ਨੂੰ ਕਹੋ ਵੀ ਆਪਦੀ-ਆਪਦੀ ਬਣਾਓ। ਠੀਕ ਹੈ ਜੀ। ਹੁਣ ਥੱਲੇ ਭਰਾ ਕੋਲੇ ਸਬਜੀ ਲੱਗ ਬਣਦੀ ਆ, ਮਾਤਾ ਕੋਲੇ ਲੱਗ, ਮੇਰੇ ਕੋਲੇ ਲੱਗ। ਠੀਕ ਹੈ ਜੀ। ਤੇ ਹਫਤੇ ਜੇਕਰ ਨ ਰੱਖ ਲਿਆ ਵੀ ਆਪਾਂ ਤਿੰਨਾ ਪਰਿਵਾਰਾਂ ਨੇ ਆਪਦੀ ਆਪਦੀ ਸੱਤਾਂ ਲਾ ਕੇ ਇਕੱਠੇ ਬਹਿ ਕੇ ਡਾਈਨਿੰਗ ਟੇਬਲ ਤੇ ਪ੍ਰਸ਼ਾਦਾ ਛਕਣਾ ਠੀਕ ਹੈ ਜੀ ਹੋ ਗਿਆ ਜੀ ਉੱਥੇ ਜਿੱਥੇ ਅਸੀਂ ਇੱਕ ਵਾਰੀ ਛਕ ਨਹੀਂ ਛਕਣਾ ਵੀ ਹਰੇਕ ਬੰਦਾ ਆਪਦੀ ਡਿਸ਼ ਲੈ ਕੇ ਆਵੇ ਉੱਥੇ ਕੋਈ ਮਤਭੇਦ ਨਹੀਂ ਦੱਸਣਾ ਨਹੀਂ ਵੀ ਕੋਣ ਕੀ ਕੀ ਬਣਾ ਕੇ ਲਿਆ ਆ ਆਹ ਤਾਂ ਤੇ ਚੱਕ ਦੋ ਹਾਂ ਵੀ ਕੋਈ ਇੱਕ ਸਲਾਣਾ ਨਹੀਂ ਕਰਨੀ ਵੀ ਆ ਚੀਜ਼ ਵਧੀਆ ਬਣੀ ਐ ਚੀਜ਼ਾਂ ਸਾਰੀਆਂ ਵਧੀਆ ਹਮ ਅਸੂਲ ਬਣਾ ਲਿਆ ਬਿਲਕੁਲ ਹੁਣ ਜਦੋਂ ਮਾਂ ਕੋਲੇ ਆਉਨੇ ਆ ਮਾਂ ਦੇ ਹੱਥਾਂ ਦੀ ਰੋਟੀ ਖਾਣੇ ਆ ਠੀਕ ਐ ਜੀ ਉਦੋਂ ਉਧਰ ਘਰ ਵਾਲੀ ਵਾਲੀ ਗੱਲ ਆ ਜਿਹੜੀ ਉਹ ਇੱਧਰ ਨਹੀਂ ਹੋਣੀ ਚਾਹੀਦੀ ਇੱਧਰ ਵਾਲੀ ਉਧਰ ਨਹੀਂ ਜਾਣੀ ਚਾਹੀਦੀ ਹਮ ਹੁਣ ਮਾਂ ਬਹੁਤ ਕੁਝ ਕਹੂਗੀ ਵੀ ਅੱਜ ਪੁੱਤ ਮੈਨੂੰ ਆ ਤੱਕਾ ਲੱਗਿਆ ਵੀ ਨੌ ਨੇ ਆ ਗੱਲ ਕਹਿਤੀ ਮੈਨੂੰ ਵੀ ਫਲਾਣਾ ਕੁਝ ਵੀ ਹਮ ਵੀ ਮੇਰੋਂ ਪੁੱਛ ਕੇ ਨਹੀਂ ਗਈ ਜਾਂ ਮੈਨੂੰ ਪੁੱਛ ਕੇ ਨਹੀਂ ਆ ਚੀਜ਼ ਲਈ ਉਹ ਕਹਿੰਨੇ ਕੋਈ ਨਹੀਂ ਮਤਾ ਮੈਂ ਤੇ ਨਾਲ ਚਲੇ ਜਾਣਾ ਦੱਸ ਕੀ ਲੈਣਾ ਹੂੰ ਕੁਛ ਕਰਤੀ ਹੁਣ ਉਹ ਗੱਲ ਆਕੇ ਘਰ ਵਾਲੀ ਨਾਲ ਕਰਨੀ ਜ਼ਰੂਰੀ ਨਹੀਂਗੀ ਹੂੰ ਕਿਉਂਕਿ ਉਹ ਗੱਲ ਹੋ ਸਕਦਾ ਵੀ ਉੱਥੇ ਟ੍ਰਿਗਰ ਹੋ ਜਾਵੇ ਹੋਰ ਪੱਖ ਹੋਵੇ ਜਦੋਂ ਤੁਸੀਂ ਜਦੋਂ ਤੁਸੀਂ ਐਂਡ ਤੇ ਬਾਹਰ ਹੋ ਤੇ ਆਪਸ ਵਿੱਚ ਲੜ ਪੈਣਾ ਹਾਂ ਇਹ ਚੀਜ਼ ਵਾਈਫ ਕੋਲੇ ਆ ਹੁਣ ਵਾਈਫ ਆ ਕੇ ਕਹਿੰਦੀ ਵੀ ਅੱਜ ਤਾਂ ਤੇਰੀ ਮਾਂ ਨੇ ਬੜਾ ਦੁਖੀ ਕੀਤਾ ਮੈਂ ਗੱਡੀ ਕੱਢਣ ਲੱਗੀ ਉਹ ਡਰਾਈਵਰ ਦੇ ਮੂਰੇ ਖੜ ਗਈ ਉਨੇ ਦਰਵਾਜਾ ਨਹੀਂ ਖੋਲਿਆ ਹੁੰਦੀਆਂ ਨਿੱਕੀਆਂ ਮੋਟੀਆਂ ਗੱਲਾਂ ਠੀਕ ਹੈ ਜੀ ਹੁਣ ਗੱਲ ਕੀ ਹੈ ਕਿ ਉਹ ਸਿਚੁਏਸ਼ਨ ਨੂੰ ਤੁਸੀਂ ਉੱਥੇ ਸਮਝ ਲੈਣਾ ਬਈ ਹਾਂਜੀ ਵੀ ਆਹ ਚੀਜ਼ ਹੈ ਠੀਕ ਹੈ ਕੋਈ ਨਹੀਂ ਆਪਾਂ ਅੱਗੇ ਤੋਂ ਮੰਮੀ ਨੂੰ ਸਮਝਾ ਦਾਂਗੇ ਹਮਮ ਹੁਣ ਉਹ ਗੱਲ ਮਾਂ ਨੂੰ ਤਾਂ ਪਤਾ ਨਹੀਂ ਲੱਗੀ ਹਮ ਤੇ ਜਿਹੜੀ ਘਰ ਵਾਲੀ ਸੀ ਉਹ ਮਾਂ ਹੀ ਸੀ ਉਹ ਘਰ ਵਾਲੀ ਨੂੰ ਨਹੀਂ ਪਤਾ ਲੱਗੀ ਦੋਨੇ ਸੁખી ਬਸ ਗਈ ਹੈ ਹੁਣ ਗੱਲ ਉੱਥੇ ਹੋਣੀ ਹੈ ਜਿੱਥੇ ਤੁਸੀਂ ਇੱਕ ਦੂਜੇ ਦੀਆਂ ਗੱਲਾਂ ਦੱਸਣ ਲੱਗ ਗਏ ਹੁਣ ਜਦੋਂ ਆਪਸ ਆਪਸ ਵਿੱਚ ਕਲੀਅਰ ਕਰਨੀਆਂ ਬੁੜੀਆਂ ਜਦੋਂ ਆਪਾਂ ਬੈਠੀਆਂ ਉਹਨਾਂ ਨੇ ਕਲੀਅਰ ਕਰ ਲੈਣੀ ਹੈ ਉਹ ਗੁੱਸੇ ਵੀ ਹੋ ਕੇ ਇੱਕੋ ਜਿਹੀ ਹੋ ਜਾਣਗੀਆਂ ਪਰ ਜਦੋਂ ਮਰਦ ਵਿੱਚ ਆ ਗਿਆ ਫਿਰ ਉਹ ਪੱਖ ਜਿਵੇਂ ਤੁਸੀਂ ਕਹਿਆ ਨਾ ਵੀ ਫੇਅਰ ਨਹੀਂ ਹੋਇਆ ਜਾਣਾ ਟੱਕੜੀ ਦਾ ਕੋਈ ਮਾਮਲਾ ਜਾਵਾ ਕਿ ਇੱਧਰ ਜਾਵਾ ਉਹ ਸਿਚੁਏਸ਼ਨ 'ਚ ਪਾਓ ਹੀ ਨਾ ਬਿਲਕੁਲ ਸਹੀ ਹੈ ਹੁਣ ਤੁਸੀਂ ਆਦੀ ਗੱਲ ਦੱਸੋ ਓਕੇ ਮੈਂ ਕਹਿੰਦੇ ਵੀ ਰੱਬ ਨੇ ਨਾ ਜਦੋਂ ਦੁਨੀਆ ਸਾਜੀ ਹਾਂਜੀ ਉਹਦਾ ਔਰਤ ਸਾਜਣ ਦਾ ਕੋਈ ਆਈਡੀਆ ਨਹੀਂ ਸੀ ਅੱਛਾ ਜੀ ਉਹ ਕਹਿੰਦਾ ਵੀ ਔਰਤ ਤਾਂ ਕੰਮੀ ਪਈ ਨਹੀਂ ਸਾਰੀ ਦੁਨੀਆ ਬਣਾਤੀ ਹੂੰ ਵੀ ਮੈਂ ਮਰਦਾ ਬੰਦਾ ਬਣਾਤਾ ਬੰਦਾ ਬਣਾਤਾ ਮਰਦ ਪ੍ਰਧਾਨ ਬੰਦਾ ਆ ਗਿਆ ਇਸ ਦੁਨੀਆ ਤੇ ਦੋ ਕੁ ਦਿਨ ਤਾਂ ਬਿਲਡਿੰਗ ਬੁਲਡਿੰਗਾਂ ਦੇਖੀਆਂ ਹਾਂਜੀ ਗੀੜਾ ਗੂੜਾ ਕੱਢਿਆ ਚਾਰਕ ਦਿਨਾਂ ਬਾਅਦ ਹਨਾ ਉਹ ਜ਼ਿੰਦਗੀ ਬੋਰਿੰਗ ਜੀ ਲੱਗਣ ਲੱਗੀ ਅੱਛਾ ਜੀ ਘਾਰਾ ਬੁਗੜੋ ਕਹਿੰਦਾ ਵੀ ਨਹੀਂ ਦੁਨੀਆ ਵਧੀਆ ਨਹੀਂ ਹੈਗੀ ਮੈਨੂੰ ਨਹੀਂ ਜਾਣਾ ਹਾਂ ਉਹ ਕਹਿੰਦਾ ਕੀ ਹੋ ਗਿਆ ਕਹਿੰਦਾ ਸੋ ਉਪਰੇਂਗਾ ਹਨਾ ਹੂੰ ਉਹ ਕੱਲ੍ਹ ਆਈਆਂ ਕੱਲਾ ਮੈਂ ਤੁਰਿਆ ਪਿੰਡਾ ਭਟਕਦਾ ਉੱਥੇ ਹਨਾ ਆ ਗੱਲਾਂ ਕੋਈ ਮਤਲਬ ਇਹ ਕੋਈ ਕੋਈ ਭੂਰਾ ਵੀ ਲੇਸ ਨਹੀਂ ਦੁਨੀਆ ਦੇ ਵਿੱਚ ਉਹ ਕਹਿੰਦਾ ਕੋਈ ਨਹੀਂ ਤੈਨੂੰ 파ਟਨਰ ਦੇ ਦਨੇ ਆ ਹੂੰ ਹੂੰ ਕਹਿੰਦਾ ਹਾਂ ਫੇਰ ਤਾਂ ਮੈਂ ਚੱਲ ਜਾਂ ਹੂੰ ਹੂੰ ਉਹਨੇ ਔਰਤ ਸਿਰ ਜਿੱਤੀ ਹੂੰ ਕਹਿੰਦਾ ਜਾਓ ਜੀ ਹੰਦਾ ਚਾਹੇ ਚਾਹੇ ਲੈ ਕੇ ਗਿਆ ਇਕੱਠੇ ਕੁਲਫੀਆਂ ਖਾਂਦੇ ਆ ਆਈਸਕ੍ਰੀਮ ਖਾਂਦੇ ਆ ਵਿੱਚ ਤੇ ਘੁੰਮਦੇ ਆ ਹੂੰ ਹੂੰ ਦੋ ਚਾਰ ਦਿਨ ਲੰਘੇ ਹਾਂਜੀ ਹਨਾ ਉਹ ਜਿਹੜਾ ਹਾਨੀਮੂਨ ਪੀਰੀਅਡ ਆ ਓਵਰ ਹੋ ਗਿਆ ਹਾਂਜੀ ਉਹ ਰੀ ਸ਼ੁਰੂ ਗੱਲਬਾਤ ਸਾਰੀ ਜਿਹੜੀ ਹੁੰਦੀ ਆ ਹਮ ਹਮ ਤੇ ਬੰਦਾ ਸੱਤ ਗਿਆ ਹਮ ਸੱਤ ਗਿਆ ਦਾ ਰੱਬ ਕੋਲ ਗਿਆ ਕਹਿੰਦਾ ਵੀ ਨਹੀਂ ਮੈਂ ਨਾ ਮੈਂ ਇਕੱਲਾ ਹੀ ਠੀਕ ਆ ਹਮ ਮੈਂ ਤਾਂ ਬਹੁਤ ਦੁਖੀ ਕਰਦੀ ਆ ਹਮ ਕਦੇ ਕਹਿੰਦੀ ਆਹ ਮੁੱਕ ਗਿਆ ਆਹ ਨਹੀਂ ਉਹ ਨਹੀਂ 20 ਗੱਲਾਂ ਕਰਦੀ ਆ ਇਹ ਉਹ ਕਹਿੰਦਾ ਚੱਲ ਤੂੰ ਰਹਿਣ ਦੇ ਹਮ ਉਹਨੇ ਔਰਤ ਨੂੰ ਐ ਚੁੱਟਕੀ ਮਾਰੀ ਗੈਵ ਕਰਦੀ ਗੈਵ ਕਰਦੀ ਕਹਿੰਦਾ ਚੱਲ ਜਾ ਹਮ ਗਿਆ ਦੋਕ ਦਿਨ ਸੁਖਦਾ ਸਾਲਿਆ ਹਮ ਤੇ ਇਹਨੂੰ ਫੇਰ ਬੋਰਿੰਗ ਜੀ ਦੁਨੀਆ ਲੱਗਣ ਲੱਗੀ ਹੈ ਨਾ ਇਹ ਵੀ ਜਿੰਦਗੀ ਆਹਣਾ ਪਾਰਟਨਰ ਬਿਨਾ ਕਾਦੀ ਜਿੰਦਗੀ ਹੈ ਫਿਰ ਰੱਬ ਕੋਲ ਚਲ ਗਿਆ ਹੈ ਕਹਿੰਦਾ ਮਾਰੇ ਵੀ ਤੁਸੀਂ ਐ ਕਰੋ ਬਈ ਮੈਨੂੰ ਚਾਂਸ ਦੇਓ ਬਈ ਇਕੱਲੇ ਦਾ ਮੇਰਾ ਨਹੀਂ ਉਸੇ ਜੀ ਜੂ ਲੱਗਦਾ ਹੈ ਨਾ ਉਹਨੇ ਚੁਟਕੀ ਮਾਰੀ ਔਰਤ ਫੇਰ ਸਾਖਸ਼ਾਤ ਹੋ ਗਈ ਹੂੰ ਹੂੰ ਕਮਾ ਫਿਰ ਬੇਤੀ ਉਹ ਦੋ ਕੁ ਦਿਨ ਫਿਰ ਹਨੀਮੂਨ ਪੀਰੀਅਡ ਹਮ ਕੁਲਫੀਆਂ ਕੁਲਫੀਆਂ ਖਾਦੀਆਂ ਫਿਰ ਉਹੀ ਚੀਜ਼ ਲਾਂਚ ਡਿਨਰ ਕੀਤੇ ਹਮ ਚ ਉਹਥੇ ਕੁ ਦਿਨ ਫਿਰ ਆਕ ਓਕੇ ਤੇ ਰਹਾ ਕਹਿੰਦਾ ਮੈਨੂੰ ਨਹੀਂ ਚਾਹੀਦੀ ਹਮ ਉਹ ਕਹਿੰਦਾ ਚਲ ਛੁਟਕੀ ਮਾਰੀ ਭਸਮ ਹਮ ਆ ਗਿਆ ਚਾਰ ਦਿਨਾਂ ਬਾਅਦ ਫਿਰ ਬੋਰ ਹੋ ਗਿਆ ਹਮ ਫੇਰ ਗਿਆ ਕਹਿੰਦਾ ਮਹਾਰਾਜ ਬਈ ਤੁਸੀਂ ਨੰਬਰ ਨਾ ਭੇਜ ਹੀ ਦਿਓ ਹਮ ਉਹ ਕਹਿੰਦਾ ਕੋਈ ਗੱਲ ਨਹੀਂ ਲੈ ਜਾ ਲੈ ਜਾ ਹਮ ਤੇ ਲਿਆਇਆ ਪੰਜ ਦਿਨ ਲੰਗੇ ਫਿਰ ਚੀਕ ਜਿਹੜਾ ਪੈ ਗਿਆ ਹੂੰ ਹੂੰ ਤਾਂ ਫਿਰ ਚਲੇ ਗਿਆ ਹੂੰ ਉਹ ਕਹਿੰਦਾ ਹੁਣ ਨਹੀਂ ਵਾਪਸ ਹੁੰਦਾ ਉਸ ਦਿਨ ਦੇ ਕਹਿੰਦੇ ਸਾਰੇ ਮਰਦ ਇੰਨੇ ਵਿਚਾਰੇ ਤੋੜੇ ਪਾ ਲਿਆ ਭਗਤ ਨਹੀਂ ਪੈਣੀ ਭਗਤ ਨਹੀਂ ਪੈਣੀ ਸੋ ਤੁਹਾਨੂੰ ਨਾ ਜਿਉਣਾ ਸਿੱਖਣਾ ਪੈਂਦਾ ਹੂੰ ਜਿਉਣਾ ਇੱਕ ਜਿਉਣ ਦੀ ਇੱਕ ਕਲਾ ਹੈ ਬਿਲਕੁਲ ਜੇ ਤੁਸੀਂ ਉਹ ਨਹੀਂ ਸਿੱਖੀ ਹਾਂਜੀ ਤਾਂ ਕੁਝ ਨਹੀਂ ਹੋ ਸਕਦਾ ਬਿਲਕੁਲ ਹੁਣ ਦੇਖੋ ਇੱਕ ਇੱਕ ਜਮਾਨਾ ਸੀਗਾ ਬਈ ਉਹ ਕਹਿੰਦੇ ਸੀ ਔਰਤ ਦਾ ਕੰਮ ਰੋਟੀ ਪਕਾਉਣੀ ਬੱਚੇ ਜੰਮਣੇ ਘਰ ਦੀ ਸਫਾਈ ਕਪੜੇ ਧੋਣੇ ਹੂੰ ਉਹ ਤੋਂ ਬਾਅਦ ਹੋ ਗਿਆ ਬਈ ਨਹੀਂ ਇਹ ਸੀਓ ਵੀ ਹੋ ਸਕਦੀ ਕੰਪਨੀ ਦੀ ਹੂੰ ਇਹ ਇਨਕਮ ਦਾ ਸੋਰਸ ਵੀ ਹੋ ਸਕਦੀ ਹੈ ਇਨਕਮ ਦਾ ਸੋਰਸ ਵੀ ਹੈ ਹਨਾ ਸੋ ਜਦੋਂ ਚੀਜ਼ਾਂ ਬਦਲੀਆਂ ਤਾਂ ਉਹਦੇ ਅਧਿਕਾਰ ਵੀ ਬਦਲਣਗੇ ਉਹਦੇ ਹੱਕ ਵੀ ਬਦਲਣਗੇ ਬਿਲਕੁਲ ਹਨਾ ਫਿਰ ਤੁਹਾਨੂੰ ਰੋਟੀ ਆਪ ਪਕਾਉਣੀ ਆਉਣੀ ਚਾਹੀਦੀ ਹੈ ਜੇ ਵਾਈਫ ਕੰਮ ਕਰਦੀ ਹੈ ਬਿਲਕੁਲ ਫਿਰ ਤਾਂ ਤੁਹਾਨੂੰ ਮਸਟ ਆ ਵੀ ਤੁਸੀਂ ਕੁਝ ਨਾ ਕੁਛ ਆਪ ਦਾ ਖਾਣ-ਪੀਣ ਜੋਗਾ ਜਗਾੜ ਦੇ ਉਹ ਕੰਮ ਤੋਂ ਆਈ ਆ ਉਹ ਉਹ ਵੀ ਤੁਹਾਡੇ ਜਨੇ ਘੰਟੇ ਇੱਕ ਹੀ ਵਾਰ ਉਹ ਤੁ ਬਦਲਾ ਕੇ ਆਈ ਹੁੰਦੀ ਆ ਬਦਲਾ ਕੇ ਵੀ ਉਹਨੂੰ ਫਿਰ ਬਦਲੋਣੇ ਪੈਂਦੇ ਘਰੇ ਸੋ ਰਹੀ ਗੱਲ ਬੱਚਿਆਂ ਦੀ ਜੀ ਹਾਂਜੀ ਪਹਿਲੀ ਤਾਂ ਗੱਲ ਮੈਨੂੰ ਆਉਂਦਾ ਵੀ ਬੱਚੇ ਨਾ ਇੱਕ ਟਾਈਮ ਸਰ ਵਿਆਹ ਦੇਣੇ ਚਾਹੀਦੇ ਓਕੇ ਕੀ ਇਹ ਹੋਣੀ ਚਾਹੀਦੀ ਹੈ ਬੱਚਿਆਂ ਦੀ ਜੇ ਗਵਰਨਮੈਂਟ ਨੇ ਅਧਾਰਤ ਕੀਤੀ ਹੈ ਜਾਂ ਤੁਸੀਂ ਆਪਦੇ ਦਾ ਆਪਣਾ ਕੋਈ ਹੋਰ ਤਰੀਕਾ ਸੋਚੀ ਹੋਈ ਹੈ ਨਹੀਂ ਮੇਰੇ ਖਿਆਲ ਨਾਲ ਵੀ 25 ਸਾਲ ਤੋਂ ਪਹਿਲਾਂ ਪਹਿਲਾਂ ਬੱਚੇ ਵਿਆਹ ਦੇਓ ਓਕੇ ਜੀ ਕਾਰਨ ਉਹਦਾ ਕਾਰਨ ਇਹ ਹੈ ਵੀ ਜਦੋਂ ਨਾ ਬੰਦਾ ਬਹੁਤ ਲਗੋਤ ਮਹੱਤਵ ਕੱਢਣ ਲੱਗ ਜਾਂਦਾ ਹੂੰ ਹੂੰ ਸਿਆਣਾ ਹੋ ਜਾਂਦਾ ਹੂੰ ਹੂੰ ਫਿਰ ਉਹ ਉਹ ਤੋਂ ਐਡਜਸਟ ਨਹੀਂ ਹੋ ਹੁੰਦਾ ਹੂੰ ਪਤਿਕਸਾਲ ਤੱਕ ਦੀ ਉਮਰ ਚ ਇਹਨਾਂ ਉਹ ਹਜੇ ਨਿਆਣਪਣਾ ਹੁੰਦਾ ਉਹਦੇ ਚ ਉਹ ਚਾ ਚਾ ਤੇ ਮੁਰਗਾ ਖੁੱਡੇ ਚ ਵੱਡ ਜਾਂਦਾ ਹਮ ਬਈ ਚਾ ਚਾ ਜੋ ਵਿਆਹ ਕਰਾ ਲੈਂਦੇ ਆ ਮਾੜਾ ਜਦੇ ਹੋਣਗੇ ਵੀ 2-4 ਸਾਲਿਆਂ ਨੂੰ ਬੱਚਾ-ਬੱਚਾ ਹੋ ਜਾਊਗਾ ਹਾਂਜੀ ਜਦੋਂ ਨਾ ਤੁਸੀਂ ਸਾਰੇ ਡਿਸੀਜਨ ਕੈਲਕੂਲੇਟਿਡ ਹੀ ਲੈਣ ਲੱਗ ਗਏ ਹਾਂਜੀ ਫਿਰ ਲਾਈਫ ਸੌਖੀ ਨਹੀਂ ਰਹਿੰਦੀ ਹਮ ਬਈ ਹੁਣ ਕੌਂਟਰੈਕਟ ਮੈਰਿਜਾਂ ਹੋਣੀਆਂ ਸ਼ੁਰੂ ਹੋ ਗਈਆਂ ਬਈ ਇਹ ਚਿੱਲੇ ਲਿਖਾ ਹਾਣ ਬਈ ਤੇਰੀ ਪ੍ਰਾਪਰਟੀ ਤੇਰੀ ਤਾਂ ਮੇਰੀ ਮੇਰੀ ਹਮ ਆਹ ਐ ਨਿਹੋਣੋ ਦੂ ਵੀ ਪਹਿਲਾਂ ਕਹਿੰਦੇ ਲਿਵਿੰਗ ਚ ਰੋ ਲਿਵਿੰਗ ਦੇ ਵਿੱਚ ਕੀ ਐ ਕਿ ਕੋਈ ਕੰਟਰੈਕਟ ਨਹੀਂ ਕੋਈ ਕੁਛ ਨਹੀਂ ਮੈਂ ਤੇਰੇ ਕੋਲੇ ਰਹਿਣਾ ਜਾਂ ਆਪਾਂ ਨੂੰ ਚੰਗਾ ਲੱਗਿਆ ਆਪਾਂ ਸਾਥ ਨਹੀਂ ਉਹ ਮੇਰਾ ਮ사ਜ ਥੈਰੇਪਿਸਟ ਹੀ ਹਿਆਂ ਦਾ ਹੂੰ ਕਹਿੰਦੇ ਵਿਆਹ ਦੀ ਲੋੜ ਕੀ ਆ ਹੂੰ ਤੁਸੀਂ ਕਿਸ ਨੂੰ ਪਸੰਦ ਕਰਦੇ ਹੋ ਉਹ ਨਾਲ ਰਹਿ ਲਓ ਹੂੰ ਤੁਸੀਂ 10-20 ਸਾਲ ਰਹੇ ਜਦੋਂ ਨਿਆਣੇ ਵੀ ਹੋ ਗਏ ਹੂੰ ਫਿਰ ਇੱਕ ਇੱਕ ਚੱਕ ਕੇ ਚੱਲ ਜਾਓ ਹੂੰ ਮਤਲਬ ਜੇ ਤੁਸੀਂ ਅੱਡ ਵੀ ਹੋਣਾ ਹਨਾ ਕਿਉਂਕਿ ਇੰਨਾ ਕਲਚਰਾਂ ਚ ਇਹ ਗੱਲਾਂ ਆਮ ਨਹੀਂ ਹੂੰ ਆਪਾਂ ਨੂੰ ਲੱਗਦੀਆਂ ਵੀ ਔੜ ਜੀ ਆਪਾਂ ਨੂੰ ਬਹੁਤ ਔੜ ਲੱਗਦੀਆਂ ਨੇ ਇੱਥੇ ਤਾਂ ਕਹਿੰਦੇ ਵੀ ਕਿਸੇ ਦਾ ਬੱਚੇ ਲੜਪੇ ਆਪਸ ਦੇ ਵਿੱਚ ਉਹ ਬੀਵੀ ਘਰ ਵਾਲੇ ਨੂੰ ਕਹਿੰਦੀ ਆ ਵੀ ਆਇਓ ਜੀ ਵੀ ਤੁਹਾਡਾ ਮੁੰਡਾ ਤੇ ਮੇਰਾ ਮੁੰਡਾ ਰਲ ਕੇ ਆਪਣੇ ਮੁੰਡੇ ਨੂੰ ਘੁੱਟ ਰਿਹਾ ਹੂੰ ਮਤਲਬ ਮੁੰਡੇ ਵੀ ਲੱਗ ਲੱਗ ਹੋ ਗਏ ਹਾਂ ਵੀ ਇੱਕ ਤਾਂ ਤੁਹਾਡੇ ਪਹਿਲੇ ਵਿਆਹ ਦਾ ਇੱਕ ਮੇਰਾ ਇੱਕ ਵੀਰੇ ਪਹਿਲੇ ਵਿਆਹ ਦਾ ਉਹ ਦੋਈ ਰਲ ਕੇ ਲੜ ਰਿਹਾ ਆਪਣੇ ਵਾਲੇ ਨੂੰ ਘੁੱਟ ਰਿਹਾ ਹੈ ਆਪਣੇ ਨੂੰ ਘੁੱਟ ਰਿਹਾ ਤੀਜੇ ਨੂੰ ਜਿਹੜਾ ਆਪਣੇ ਵਾਲਾ ਠੀਕ ਹੈ ਮਤਲਬ ਉਹ ਸਿਚੁਏਸ਼ਨ ਹੈ ਇੱਥੇ ਹੈਨਾ ਹੁਣ ਇੱਥੇ ਵਿਆਹ ਦੀ ਇੰਸਟੀਚੂਟ ਜੇ ਫੇਲ ਹੋ ਗਈ ਹਾਂਜੀ ਤਾਂ ਇੱਕ ਸਮਾਂ ਆਊਗਾ ਵੀ ਸਾਡਾ ਸਾਰਾ ਸੋਸ਼ਲ ਤਾਣਾ ਬਾਣਾ ਜਿਹੜਾ ਖਤਮ ਹੋ ਜਾਊਗਾ ਹੂੰ ਕਿਉਂਕਿ ਅਸੀਂ ਹੁਣ ਪਹਿਲੇ ਹੀ ਦੇਖ ਰਹੇ ਹਾਂ ਬੱਚਾ ਇੱਕ ਜਾਂ ਦੋ ਹੂੰ ਜੇ ਪਹਿਲਾ ਮੁੰਡਾ ਹੋ ਜਵੇ ਫਿਰ ਤਾਂ ਸਤਨਾਮ ਸ਼੍ਰੀ ਵਾਹਿਗੁਰੂ ਫਿਰ ਕਹਿੰਦੇ ਹੁਣ ਕੀ ਲੋੜ ਆ ਮੁੰਡਾ ਦਾ ਉਹਨਾਂ ਦਾ ਲਾਲਚ ਨੂੰ ਦੂਸਰਾ ਜ਼ਰੂਰ ਕਰਵਾ ਲੈਂਦੇ ਆ ਪਰ ਕਰਨ ਦੇ ਬੱਚਾ ਪਰ ਉਹ ਵੀ ਉਹਨਾਂ ਦੀ ਮਜਬੂਰੀ ਹੈ ਤੁਸੀਂ ਉਹ ਮਜਬੂਰੀ ਹੁੰਦੀ ਆ ਹਾਂ ਤੇ ਜੇ ਪਹਿਲੀ ਕੁੜੀ ਹੋ ਜਵੇ ਹਾਂਜੀ ਫਿਰ ਯਾਨੀ ਦੂਜਾ ਬੱਚਾ ਹੋ ਜਾਂਦਾ ਬਈ ਮੁੰਡੇ ਦੇ ਚੱਕਰ ਚ ਜੇ ਪਹਿਲਾਂ ਮੁੰਡਾ ਹੋ ਜੇ ਫਿਰ ਕਹਿੰਦੇ ਬਸ ਸੁਣ ਕੀ ਲੋੜ ਆ ਬਸ ਓਕੇ ਆ ਕਿਉਂਕਿ ਪੁਰਾਣਾ ਸਮਾਂ ਸੀਗਾ ਬਈ ਨਾ ਕੁੜੀਆਂ ਦਾ ਉਹਦੀ ਫਿਗਰ ਦਾ ਫਿਰਕਾ ਨਾ ਹੁੰਦਾ ਸੀ ਕਿਉਂਕਿ ਇੱਕ ਸਮਾਂ ਮੈਂ ਮੈਂ ਕਈ ਸਮੇਂ ਦੇਖਿਆ ਹਾਂ ਹਾਂਜੀ ਇੱਕ ਸਮਾਂ ਸੀ ਉਹਦੋਂ ਐਕਟ੍ਰੈਸ ਵੀ ਨਾ ਫਿਲਮਾਂ ਦੀਆਂ ਹਾਂਜੀ ਉਹ ਚਬੀ ਹੁੰਦੇ ਨੇ ਭਾਰੀਆਂ ਹਾਂਜੀ ਹੈਲਦੀ ਕੁੜੀਆਂ ਤੇ ਤਕੜੀਆਂ ਹਨਾ ਹਾਂਜੀ ਤੇ ਜਿਵੇਂ ਹੁਣ ਆਪਣੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਉਹ ਪ੍ਰੀਤੀ ਸੱਪਰੂ ਸੀ ਹਾਂਜੀ ਹਨਾ ਕਈ ਕੁੜੀਆਂ ਸੀਗੀਆਂ ਡਿਊਲ ਡਾਲ ਵਾਲੀਆਂ ਹਨਾ ਹਾਂਜੀ ਤੇ ਹੁਣ ਕੰਗੜਾ ਰੋ ਦੋ ਨੀ ਨੇ ਹਾਂਜੀ ਜ਼ੀਰੋ ਫਿਗਰ ਮੈਂ ਜ਼ੀਰੋ ਫਿਗਰ ਹਮ ਹਮ ਜ਼ੀਰੋ ਫਿਗਰ ਹੁਣ ਫਿਰ ਨਰੂਆ ਕਿੱਥੇ ਜਮੂ ਬਿਲਕੁਲ ਜੀ ਆਪਾਂ ਮਤਲਬ ਫਿਗਰ ਦਾ ਸਵਾਲ ਆ ਤੇ ਉਹ ਵਿਚਾਰ ਖਾਉ ਵੀ ਕੀ ਕਿਨਾਮਾ ਕਿਵੇਂ ਜਮ ਹਾਂ ਇੱਕ 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 ਫੈਸਲਾ ਲੈਣਾ ਵੀ ਅਸੀਂ ਬੱਚੇ ਅਫੋਰਡ ਨਹੀਂ ਕਰਦੇ ਹੁਣ ਇਹ ਇਹ ਬਹੁਤ ਮੈਂ ਨਵੇਂ ਕਪਲਨ ਪੁੱਛਦੇ ਹਾਂ ਨਾ ਵੀ ਦੇ ਲਈਓ ਉਹ ਕਹਿੰਦੇ ਜੀ ਨੋ ਨੋ ਵੀ ਕੈਨਟ ਅਫੋਰਡ ਇਟ ਹਮ ਇਹ ਗੋਰੀਆਂ ਦਾ ਸ਼ਬਦ ਆ ਬੀਸ ਮਤਲਬ ਯਾਰ ਬੱਚਾ ਫੋੜ ਕਰਨਾ ਕੋਈ ਕੋਈ ਇੱਕ ਹੀ ਗੱਲ ਹੋਈ ਆ ਹਨਾ ਉਹ ਤਾਂ ਆਪਦਾ ਦਾਣਾ ਪਾਣੀ ਨਾਲ ਹੀ ਲੈ ਕੇ ਆਇਆ ਜਿਹੜਾ ਆਇਆ ਉਹ ਬੱਚੇ ਨੂੰ ਜਨਮ ਤੋਂ ਪਹਿਲਾਂ ਉਹਦਾ ਦਾਣਾ ਪਾਣੀ ਪਰਮਾਤਮਾ ਦੇ ਦਿੰਦਾ ਦੇ ਦਿੰਦਾ ਹਾਂ ਸੋ ਮਤਲਬ ਇੱਕ ਤਾਇਆ ਇੱਕ ਚਾਚਾ ਹਨਾ ਦੋ ਦੋ ਤਾਂ ਇਹ ਹੋਗੇ ਹਾਂਜੀ ਤੇ ਇੱਕ ਜੀਦੇ ਹੋਣੇ ਆ ਉਹੋ ਮਸੀ ਦੇ ਪੂਆ ਇਹਨੇ ਕਿਨੇ ਨੇ ਤਾਂ ਚਾਹੀਦੇ ਆ ਦੇ ਨਹੀਂ ਹੈਗੇ ਤਾਂ ਤੁਸੀਂ ਮਤਲਬ ਰੇਸ 'ਚ ਪਿੱਛੇ ਹੋ ਹੂੰ ਸੋ ਮਤਲਬ ਠੀਕ ਚਾਹੀਦਾ ਸਰ ਸਾਹਿਬ ਸਹੀ ਸੀਗੇ ਸਿੱਖਾਂ 'ਚ ਨਾ 2 ਮਿੰਟੀਆਂ ਨੇ ਹਾਂਜੀ ਇੱਕ ਕਮਿਊਨਿਟੀ ਆ ਜਿਹੜੀ ਦੁਕਾਨਦਾਰ ਬਿਜ਼ਨਸ ਟਾਈਪ ਹਾਂਜੀ ਮਨਾ ਆਪਾਂ ਮੈਂ ਉਹਨਾਂ ਨੂੰ ਕਹਿੰਨਾ ਹੁਣ ਬਿਜ਼ਨਸਮੈਨ ਸਿੱਖ ਠੀਕ ਹੈ ਜੀ ਇੱਕ ਕਮਿਊਨਿਟੀ ਆ ਜਿਨੂੰ ਮੈਂ ਕਹਿੰਨਾਂ ਉਹ ਖੇਤੀਬਾੜੀ ਵਾਲੇ ਸਿੱਖ ਖੇਤੀਬਾੜੀ ਵਾਲੇ ਸਿੱਖਾਂ ਨੇ ਜਦੋਂ ਪੰਜਾਬ ਛੋਟਾ ਹੋ ਗਿਆ ਹਾਂਜੀ ਉਹਨਾਂ ਨੇ ਕਿਹਾ ਵੀ ਜ਼ਮੀਨਾਂ ਘਟ ਜਾਣੀਆਂ ਨੇ ਹਾਂਜੀ ਬਈ ਦੇ ਕਿਲੇ ਤਾਂ ਪੰਜ ਨੇ ਇਹ ਮੁੰਡੇ ਹੀ ਪੰਜ ਹੋਗੇ ਹਾਂਜੀ ਕਿਲੇ ਕਿਲੇ ਨਾਲੋਂ ਤਾਂ ਰਿਸ਼ਤਾ ਨਹੀਂ ਹੋਣਾ ਬਿਲਕੁਲ ਉਹਨੂੰ ਉਹ ਇਵੇਂ ਸੋਚਦੇ ਹੁੰਦੇ ਸੀ ਹਨਾ ਇਸ ਲਈ ਉਹ ਕਹਿੰਦੇ ਵੀ ਨਹੀਂ ਨਹੀਂ ਜਮੀਨਾ ਘਟੀ ਜਾਂਦੀ ਹੈ ਵੀ ਜਮੀਨਾ ਘਟ ਰਹੀਆਂ ਨੇ ਕੋਈ ਫਾਇਦਾ ਨਹੀਂ ਹੈਗਾ ਇੱਕ ਹੀ ਮੁੰਡਾ ਠੀਕ ਆ ਪੰਜ ਚਾਰ ਕਿਲੇ ਹੋ ਜਾਂ ਫੌਜ ਚ ਭੇਜ ਦਿੰਦੇ ਸੀ ਪਹਿਲਾਂ ਫਿਰ ਇਹੀ ਹੁੰਦਾ ਸੀ ਨਾ ਹੁਣ ਫਿਰ ਫੌਜ ਚ ਵੀ ਨੌਕਰੀਆਂ ਮਿਲਣੋਂ ਹਟ ਗਈਆਂ ਭੇਜਣਾ ਕਿੱਥੇ ਆ ਅੱਗੇ ਸੰਤਾਂ ਨਾਲ ਇੱਕ ਦਿਨ ਰੋਲਾ ਆਉਂਦੇ ਹੁੰਦੇ ਸੀ ਹੁਣ ਉਹ ਵੀ ਘਟ ਚੱਲਿਆ ਕੰਮ ਹਨਾ ਹੁਣ ਉਹ ਬਾਹ ਤੇ ਲੋਈ ਰੱਖ ਕੇ ਇਕੱਲੇ ਕਥਾਵਾਚ ਕਾ ਜਾਂਦਾ ਉਹ ਨਹੀਂ ਰਿਹਾ ਤੇ ਮਤਲਬ ਅੱਗੇ ਅੱਗੇ ਦੀਆਂ ਗੱਲਾਂ ਹੋਰ ਸੀ ਪਰ ਹੁਣ ਕੀ ਹੋ ਗਿਆ ਵੀ ਜਿਹੜੇ ਜੱਟ ਸਿੱਖ ਨੇ ਉਹ ਜ਼ਮੀਨਾ ਘਟਣ ਦੇ ਡਰ ਤੋਂ ਘੱਟ ਬੱਚੇ ਪੈਦਾ ਕਰਨ ਲੱਗੇ ਜਿਹੜੀ ਬਿਜ਼ਨਸ ਕਮਿਊਨਿਟੀ ਆ ਉਹਨਾਂ ਦੇ ਹਜੇ ਵੀ ਚਾਰ ਪੰਜ ਬੱਚੇ ਹੁੰਦੇ ਆ ਤੁਸੀਂ ਦੇਖ ਲਓ ਸ਼ਹਿਰੀ ਸ਼ਹਿਰੀ ਸਿੱਖਾਂ ਦੇ ਵਿੱਚ ਇੱਕ ਤੋਂ ਵੱਧ ਬੱਚੇ ਹੁੰਦੇ ਉਹਨਾਂ ਦੇ ਕਿਉਂਕਿ ਉਹ ਕਹਿੰਦੇ ਆ ਬਈ ਦੁਕਾਨ ਇੱਕ ਹੋਰ ਖੋਲਾਂਗੇ ਬਿਲਕੁਲ ਵੀ ਉਹਨਾਂ ਦਾ ਬਿਜ਼ਨਸ ਵਧੂਗਾ ਉਹਨਾਂ ਦਾ ਬਿਜ਼ਨਸ ਵਧੂਗਾ ਸਾਨੂੰ ਲੱਗਦਾ ਬਈ ਜੇ ਇੱਕ ਬੱਚਾ ਹੋਰ ਜੰਮਿਆ ਜ਼ਮੀਨ ਹੋਰ ਘਟੂਗੀ ਹੂੰ ਉਹਨਾਂ ਦਾ ਵਧਣਾ ਆਪਣੀ ਘਟਨੀ ਆ ਆਪਣੀ ਘਟਨੀ ਆ ਸੋ ਅਸੀਂ ਕਿਤੇ ਨਾ ਕਿਤੇ ਜਿਹੜੇ ਉਹ ਬੱਚੇ ਆ ਜਿਹੜੇ ਕਹਿੰਦੇ ਅਫੋਰਡੇਬਿਲਟੀ ਆ ਫਿਰ ਉਹਦਾ ਉਹੀ ਚੱਕਰ ਆ ਬਿਲਕੁਲ ਅਗਲਾ ਕਹਿੰਦਾ ਘਰ ਇੱਕ ਆ ਇਹ ਜੇ ਬੱਚਾ ਆ ਗਿਆ ਤੇ ਫਿਰ ਇਹ ਜੀ ਆਪਦੇ ਯੋਗ ਹੋਊਗਾ ਜਾਂ ਨਹੀਂ ਹੋਊਗਾ ਨਹੀਂ ਨਹੀਂ ਮੇਰੇ ਮੇਰੇ ਇੱਕ ਦੋਸਤ ਆ ਇੱਥੇ ਅਸੀਂ ਇਕੱਠੇ ਕੰਮ ਕਰਦੇ ਆ ਹਾਂਜੀ ਉਹਦੇ ਚਾਰ ਮੁੰਡੇ ਹਾਂਜੀ ਉਹੋ ਮੈਨੂੰ ਕਹਿੰਦਾ ਵੀ ਅਸੀਂ ਬਹੁਤ ਅਪਸੈਟ ਹਾਂ ਮੈਂ ਕਿਹ ਗੱਲ ਹੋਈ ਯਾਰ ਤੂੰ ਤਾਂ ਸੈਟਲ ਬੰਦਾ ਪੁਰਾਣੇ ਆਏ ਹੋਏ ਹਣ ਉਹ ਕਹਿੰਦੇ ਵੈਨਕੂਵਰ ਚ ਘਰ ਹੈ ਇੱਕ ਹਾਂਜੀ ਮਰ ਭਰ ਕੇ ਕਹਿੰਦਾ ਘਰ ਬਣਾਇਆ ਬੱਚੇ ਵਾਲੇ ਸਾਰਾ ਗੁੱਸਾ ਕੀਤਾ ਕਹਿੰਦਾ ਹੁਣ ਘਰ ਇਹਨੇ ਮਹਿੰਗੇ ਹੋ ਗਏ ਵੀ ਜੇ ਮੈਂ ਘਰ ਵੇਚਦਾ ਹਾਂਜੀ ਤਾਂ ਬੱਚਿਆਂ ਨੂੰ ਚੌਹਾਂ ਨੂੰ ਦਿਨਾ ਹਾਂਜੀ ਤਾਂ ਚੌਹਾਂ ਤੋਂ ਘਰ ਨਹੀਂ ਲੈ ਹੁਣੇ ਹੂੰ ਕਿਉਂਕਿ ਰਹਿਣਾ ਮੈਂ ਇਨਕਵਰ ਚ ਹੀ ਆ ਬਿਲਕੁਲ ਇੱਕ ਘਰ ਵੇਚ ਕੇ ਜੇ ਉਹਦੇ ਪੈਸੇ ਮੈਂ ਬੱਚਿਆਂ ਨੂੰ ਵੀ ਦੇ ਦੇਵਾਂ ਹਾਂਜੀ ਤਾਂ ਚਾਰੇ ਬੱਚੇ ਵੀ ਰੈਂਟ ਤੇ ਜਾਣਗੇ ਤੇ ਮੈਂ ਵੀ ਰੈਂਟ ਤੇ ਜਾਵਾਂ ਹੂੰ ਤੇ ਵੇਚਨੇ ਕਿਉਂ ਆ ਬੱਚਿਆਂ ਨੂੰ ਕਾਬਲ ਹੀ ਇਹਨੇ ਕਰ ਦੋ ਕਿ ਉਹ ਆਪ ਦਾ ਘਰ ਆ ਬਣਾਉਣ ਨਹੀਂ ਮਾਂ ਪਿਓ ਦਾ ਇੱਕ ਤਾਂ ਫਰਜ਼ ਹੀ ਆ ਸਮਝਦਾ ਨਾ ਵੀ ਬੱਚੇ ਨੂੰ ਵਿਹੋਣਾ ਯਾਰ ਇਹਨੂੰ ਮੈਂ ਘਰ ਤਾਂ ਲੈ ਦੇਵਾਂ ਮੇਰੇ ਸਾਹਬ ਨਾਲ ਕਿਤੇ ਨਾ ਕਿਤੇ ਰਿਸਪੋਨਸੀਬਿਲਟੀ ਹੈ ਨਾ ਕੰਟਰੀਆਂ ਚ ਆ ਕੇ ਘਟਦੀ ਨਹੀਂਗੀ ਨਹੀਂ ਘਟਦੀ ਨਾ ਨਾ ਇਹ ਉੱਥੇ ਇੰਡੀਆਸ ਤਾਂ ਚੱਲ ਜੌਬ ਨਹੀਂ ਮਿਲਦੀ ਸੀ ਬੰਦਾ ਕਹਿੰਦਾ ਨਕਮਾ ਯਾਰ ਇਹ ਤਾਂ ਭੁੱਖਾ ਮਰ ਜਾਊਗਾ ਇੱਥੇ ਕੋਈ ਬੱਚਾ ਭੁੱਖਾ ਮਰ ਸਕਦਾ ਨਹੀਂ ਨਹੀਂ ਮਰ ਤਾਂ ਨਹੀਂ ਸਕਦਾ ਪਰ ਬੰਦਾ ਆਪਣੀ ਇੱਕ ਰਿਸਪੋਨਸੀਬਿਲਟੀ ਸਮਝਦਾ ਆਪ ਉਹਦਾ ਘਰ ਛੱਡ ਕੇ ਜਿਹੜੀ ਸਾਰੀ ਪਰਿਵਾਰ ਲੈ ਕੇ ਆਂਦਾ ਉਹਦੇ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਤੇ ਫਿਰ ਆਪ ਕੀ ਕਰੂਗਾ ਉਹੀ ਤਾਂ ਚੱਕਰ ਆ ਹੁਣ ਉਹ ਬੰਦਾ ਕਹਿੰਦਾ ਵੀ ਜੇ ਘਰ ਵੇਚ ਦਿੰਨੇ ਆ ਤਾਂ ਅਸੀਂ ਪੰਜੇ ਬੇਗਰੇ ਹੋ ਜਾਾਂਗੇ ਜੇ ਅਸੀਂ ਰਹਿਨੇ ਆ ਤਾਂ ਪੰਜੇ ਇਸ ਘਰ ਚ ਫਿੱਟ ਨਹੀਂ ਹੁੰਦੇ ਹਣਾ ਮੈਂ ਚਾਹੁੰਦਾ ਨਹੀਂ ਵੀ ਸਾਡੇ ਨਾਲ ਰਹਿਣਾ ਕਿਹਨੂੰ ਕਹਿੰਦਾ ਘਰੋਂ ਕੱਢਦਾ ਕਹਿੰਦੇ ਹੁਣ ਮੁੰਡਾ ਵੀ ਨਹੀਂ ਕੋਈ ਘਰੋਂ ਜਾ ਰਿਹਾ ਵਿਆਹ ਨਹੀਂ ਕਰਾ ਰਿਹਾ ਉਹ ਕਹਿੰਦੇ ਵੀ ਮੂਰੇ ਰਹਿਣਾ ਕਿਥੇ ਆ 2500 ਤੇ ਇੱਕ ਬੈਡ ਹੁੰਦੀ ਅਪਾਰਟਮੈਂਟ ਮਿਲਦੀ ਐ ਸਰੀਜ ਹੁਣ ਤਾਂ ਮਤਲਬ ਮਹਿੰਗਾ ਹੋ ਗਿਆ ਕੰਮ ਹਣਾ ਇਸੇ ਕਰਕੇ ਪਾਪੂਲੇਸ਼ਨ ਘਟਦੀ ਐ ਫਿਰ ਬਾਹਰੋਂ ਸੱਦ ਨਹੀਂ ਪੈਂਦੀ ਸਾਰਾ ਸਿਸਟਮ ਤੁਸੀਂ ਦੇਖੋ ਐਂਡ ਆਫ ਦਾ ਡੇ ਇੱਥੇ ਹੀ ਹੋਣੀ ਐ ਗੱਲ ਵੀ ਜੇ ਬੱਚੇ ਆਪਣੇ ਹੀ ਜੰਮੇ ਹੋਣ ਤਾਂ ਨਾ ਬਾਹਰੋਂ ਸੱਦਣੇ ਪੈਣ ਬਿਲਕੁਲ ਉਹਨਾਂ ਦੇ ਗੋਰੇ ਪੈ ਨਹੀਂ ਪਲੈਨਿੰਗ ਕਰਕੇ ਚੱਲ ਪਲੈਨਿੰਗ ਕਰਕੇ ਚੱਲ ਵੀ ਕਾਹਨੂੰ ਇਮੀਗ੍ਰੇਟ ਕਰਨੀ ਪੈਣੀ ਹੈਗੀ ਨਾ ਜਿੰਦਾ ਵੱਡਾ ਦੇਸ਼ ਹੈ ਹਿਸਾਬ ਨਾਲ ਤਾਂ ਇੰਡੀਆ ਜਿੰਨੀ ਪੋਪੂਲੇਸ਼ਨ ਚਾਹੀਦੀ ਸੀ ਬਿਲਕੁਲ ਚਾਹੀਦੀ ਬਿਲਕੁਲ ਚਾਹੀਦੀ ਪਰ ਉਧਰ ਠੰਡੇ ਮੁਲਕਾਂ ਦੀ ਪੋਪੂਲੇਸ਼ਨ ਘੱਟ ਹੁੰਦੀ ਹੈ ਘੱਟ ਹੁੰਦੀ ਹੈ ਹਾਂਜੀ ਹਾਂ ਕਿਉਂਕਿ ਜੀਓਗ੍ਰਾਫਿਕਲੀ ਵੀ ਇਫੈਕਟ ਹੈਗਾ ਇਹ ਉਹ ਠੀਕ ਹੈ ਜੀ ਵੀ ਜਿੰਨੇ ਠੰਡੇ ਮੁਲਕਾਂ ਤੇ ਪੋਪੂਲੇਸ਼ਨ ਘੱਟ ਹੁੰਦੀ ਹੈ ਓਕੇ ਜੀ ਦੀ ਨੰਤੰਡੀਆ ਜਿਆਦਾ ਨਹੀਂ ਹੁੰਦਾ ਯਾਰ ਗਰਮੇ ਮੁਲਕਾਂ ਦੇ ਵਿੱਚ ਹਨਾ ਉਦਾਂ ਵੀ ਦੇਖ ਲੋ ਤੁਸੀਂ ਪਸ਼ੂ ਪਾਂਸ਼ੀਆਂ ਤੋਂ ਦੇਖ ਲੋ ਜੀ ਜਾਂ ਤਾਂ ਗਾਈਆਂ ਤੁਰੇ ਫਿਰਦੀਆਂ ਸੜਕਾਂ ਤੇ ਬਿਲਕੁਲ ਜੀ ਉਹ ਇਹੀ ਆ ਵੀ ਵੱਧ ਹੋ ਜਾਂਦੇ ਆ ਹਾਂਜੀ ਤੇ ਉਹਦੇ ਕਰਕੇ ਫਿਰ ਉਹ ਵਾਰਾ ਹੋ ਜਾਂਦੇ ਆ ਹਨਾ ਹੁਣ ਪੰਜਾਬੀ ਤਾਂ ਵਿਚਾਰੇ ਜਿੰਨੇ ਕੇ ਸੀਗੇ ਓੰਨੇ ਵੀ ਸਾਰੀ ਦੁਨੀਆ ਤੁਰੇ ਫਿਰਦੇ ਇਕੱਲੇ ਰਹੇ ਬਿਲਕੁਲ ਜੀ ਸੋ ਵਿਆਹ ਨਹੀਂ ਇੰਸਟੀਚੂਟ ਜੀ ਬਹੁਤ ਤਕੜੀ ਆ ਬਹੁਤ ਸੋਚ ਸਮਝ ਕੇ ਕਬੀਲਿਆਂ ਦੇ ਵਿੱਚੋਂ ਕਿਸੇ ਨੇ ਬਣਾਈ ਹੂੰ ਹੂੰ ਮਤਲਬ ਕਈ ਗੱਲਾਂ ਹੋ ਜਾਂਦੀਆਂ ਨੇ ਵੀ ਹੁਣ ਕਈ ਧਰਮਾਂ ਦੇ ਵਿੱਚ ਆ ਵੀ ਉਹ ਕਰਤੀ ਵਿਆਹ ਹੁੰਦੇ ਕਈ ਨਾ ਕੋਈ ਇਹਨਾਂ ਨੇ ਵਿਆਹ ਕਰ ਦਿੰਦੇ ਆ ਹਾਂਜੀ ਇਹ ਵੀ ਬਹੁਤ ਵੱਡਾ ਇੱਕ ਫੈਕਟਰ ਹੈ ਨਾ ਵੀ ਇਹ ਚੀਜ਼ਾਂ ਹੁੰਦੀਆਂ ਮੈਨੂੰ ਪਹਿਲਾਂ ਬੜੀ ਹੈਰਾਨਗੀ ਹੁੰਦੀ ਸੀ ਬਾਅਦ ਚ ਜਦੋਂ ਮੈਂ ਇਹਨਾਂ ਬਾਰੇ ਪੜਿਆ ਉਹ ਕਹਿੰਦੇ ਵੀ ਮਤਲਬ ਸਾਡਾ ਇੱਥੇ ਹੀ ਸਰ ਜਾਂਦਾ ਵਾ ਕਿਉਂਕਿ ਟਰਸਟਡ ਫੈਮਲੀਆ ਹੁੰਦੀਆਂ ਆਏ ਹੁੰਦਾ ਮਤਲਬ ਤੁਸੀਂ ਇਹ ਦੇਖੋ ਵੀ ਆਪਾਂ ਕਦੇ ਸੋਚ ਵੀ ਨਹੀਂ ਸਕਦੇ ਜਿਹੜੀਆਂ ਚੀਜ਼ਾਂ ਉਹ ਕਰ ਦਿੰਦੇ ਆ ਹੈਨਾ ਤੇ ਫਿਰ ਉਹ ਫਿਰ ਹੁਣ ਸੈਂਟੀਫਿਕਲੀ ਆਪਣ ਤਾਂ ਗੁਰੂਆਂ ਨੇ ਮਨਾ ਕੀਤਾ ਸੀ ਹੈਨਾ ਜਦੋਂ ਜਿਹੜਾ ਆਪਣਾ ਕਨਸੈਪਟ ਸ਼ੁਰੂ ਤੋਂ ਤੁਰਿਆ ਸੀ ਵੀ ਜਿਹੜਾ ਭੈਣ ਭਰਾ ਵਾ ਬਲੱਡ ਰਿਲੇਸ਼ਨ ਆ ਇਹਨਾਂ ਦੇ ਅੰਦਰ ਜੇ ਤੁਸੀਂ ਵਿਆਹ ਕਰਦੇ ਹੋ ਤੇ ਬਿਮਾਰੀਆਂ ਅੱਗੇ ਲੱਗਦੀਆਂ ਵਾ ਮੈਨੂੰ ਲੱਗਦਾ ਮੈਂ ਗੁਰੂਆਂ ਦਾ ਤਾਂ ਨਹੀਂ ਮੈਂ ਕਿਤੇ ਪੜਿਆ ਗੁਰਬਾਣੀ ਚ ਕਿਤੇ ਨਹੀਂ ਲਿਖਿਆ ਨਹੀਂ ਇਹਦੇ ਬਾਰੇ ਕੁਝ ਨਹੀਂ ਹੈਗਾ ਇਹਦੇ ਬਾਰੇ ਹੈਨਾ ਇਹ ਤੇ ਗੱਲ ਹੀ ਨਹੀਂ ਹੋਈ ਕਿਉਂਕਿ ਚੀਜ਼ ਪੋਸੀਬਲ ਹੀ ਨਹੀਂ ਸੀ ਹੁੰਦੀ ਉਹ ਨਹੀਂ ਸੀ ਹਾਂਜੀ ਹਣਾ ਪਹਿਲੇ ਹੁੰਦੀ ਨਹੀਂ ਸੀ ਫਿਰ ਸ਼ਾਇਦ ਗੁਰੂ ਸਾਹਿਬਾਨ ਨੇ ਇਹ ਸਮਝਿਆ ਹੋਵੇ ਬਈ ਇਹ ਸਮਾਜਿਕ ਮਸਲਾ ਹੂੰ ਹੂੰ ਬਈ ਸਮਾਜ ਨੇ ਸੋਚਣੀ ਹੈ ਇਹ ਚੀਜ਼ਾਂ ਹਣਾ ਸਮਾਜ ਕੀ ਕਰਦਾ ਧਾਰਮਿਕ ਮਸਲਾ ਨਹੀਂ ਹੂੰ ਹੂੰ ਪਰ ਹੁਣ ਇਹ ਗੱਲ ਸਾਇੰਸ ਨੇ ਵੀ ਲਿਆਂਦੀ ਹੈ ਵੀ ਜਿਹੜੀਆਂ ਕਮਿਊਨਿਟੀ ਆਪਸ ਚ ਵਿਆਹ ਕਰ ਲੈਂਦੀਆਂ ਸਿੱਖਾਂ ਚ ਵੀ ਕੁਝ ਕਮਿਊਨਿਟੀ ਕਰਦੀਆਂ ਨੇ ਹਾਂਜੀ ਤਾਂ ਉਹ ਉਹ ਕਜਨਾ ਕੁਜਨਾ ਦੇ ਮਾਮੇ ਭੂਆ ਦੀਆਂ ਕੁੜੀਆਂ ਇਦਾਂ ਵਿਆਹ ਹੋ ਜਾਂਦੇ ਹਨਾ ਅੱਛਾ ਜੀ ਪਰ ਲੌਂਗ ਟਰਮ ਤੇ ਜਾ ਕੇ ਬਈ ਜਿਹੋ ਜੇ ਵਿਆਹ 10 ਹੋ ਜਾਣ ਹਾਂਜੀ ਜਨਰੇਸ਼ਨ 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 ਹਾਂਜੀ ਫਿਰ ਉਹ ਬੱਚੇ ਆ ਜਿਹੜੇ ਉਹ ਡਿਫੈਕਟਡ ਜੰਮਣ ਲੱਗ ਜਾਂਦੇ ਹੂੰ ਕਿਉਂਕਿ ਉਹ ਚੇਂਜ ਨਹੀਂ ਹੋਏ ਜੀਨਸ ਉਹੀ ਚੱਲੇ ਆਉਂਦੇ ਆ ਮੁੜਕੜ ਕੇ ਉੱਥੇ ਹੀ ਆਈ ਜਾਣਾ ਉੱਥੇ ਹੀ ਜਾਣਾ ਜਿਹੜਾ ਹੈਗਾ ਵੀ ਪਿੰਡਾਂ 'ਚ ਪਹਿਲਾਂ ਹੁੰਦਾ ਸੀਗਾ ਵੀ ਆਪ ਦਾ ਗੋਤ ਨਹੀਂ ਵਿਆਹ ਕਰਨਾ ਨਾਨਕਿਆਂ ਦੇ ਗੋਤ 'ਚ ਨਹੀਂ ਕਰਨਾ ਪਿੰਡ 'ਚ ਨਹੀਂ ਕਰਨਾ ਹੈਨਾ ਤੇ ਕਈ ਚੀਜ਼ਾਂ ਸੀ ਜਿੱਥੇ ਭੈਣ ਵਿਆਹੀ ਸੀ ਉੱਥੇ ਨਹੀਂ ਕਰਨਾ ਉੱਥੇ ਨਹੀਂ ਕਰਨਾ ਸੋ ਉਹਨੇ ਨਾਲ ਵੀ ਉਹ ਜਿਹੜੀ ਅਗਲੀ ਬਰੀਡਿੰਗ ਆ ਡਿਫਰੈਂਟ ਹੋਈ ਜਾਂਦੀ ਹੈ ਇਹ ਇਹ ਮਹਾਰੀ ਲੰਗਨ ਦੇ ਚਾਂਸ ਮਹਾਰੀ ਲੰਗਨ ਦੇ ਚਾਂਸ ਘੱਟ ਜਾਂਦੇ ਆ ਸੋਹਣੇ ਸਨਖੇ ਵੀ ਨਹੀਂ ਹੁੰਦੇ ਲੋਕੀ ਮਤਲਬ ਇਹ ਇਹ ਵੀ ਇੱਕ ਫੈਕਟਰ ਹੈਗਾ ਸੋ ਆ ਬਿਆਹ ਬਾਰੇ ਤਾਂ ਚਾਹੇ ਸਾਰੀ ਧੜੀ ਲੱਗੇ ਰੋਜੀ ਗਿਣਨਾ ਕਰਨ ਹਨਾ ਕਿਉਂਕਿ ਹਰ ਬੰਦਾ ਬਿਆਹ ਤੋਂ ਦੁਖੀ ਹੁੰਦੇ ਆ ਬਾਲੇ ਸੁਣਨ ਵਾਲੇ ਵੀ ਸੁਣੀ ਸ਼ਾਣੀ ਜਾਣਗੇ ਬਿਲਕੁਲ ਜੰਦੇ ਹੋਏ ਮੈਂ ਇੱਕ ਗੱਲ ਇੱਥੇ ਸਮਾਪਤੀ ਕਰਨਾ ਚਾਹੁੰਦਾ ਮੈਂ ਨਾ ਜਦੋਂ ਰੱਬ ਨੇ ਇਨਸਾਨ ਬਣਾਇਆ ਨਾ ਤੇ انسان ਜਿਹੜਾ ਧਰਤੀ ਤੇ ਜਿਵੇਂ ਬਾਈ ਜੀ ਨੇ ਕਿਹਾ ਵਾ ਹਨਾ ਤੇ ਉਹਨੇ ਦੇਖਿਆ ਵੀ ਯਾਰ ਵੀ ਇਹ ਤਾਂ ਇਹ ਤਾਂ ਖੁਸ਼ੀ ਬੜਾ ਵਾ ਫਿਰ ਉਹਨੇ ਔਰਤ ਦਾ ਨਿਰਮਾਨ ਕਰਤਾ ਤੇ ਫਿਰ ਉਹ ਨਾ ਆਪ ਕਦੇ ਟਿਕ ਕੇ ਬੈਠਾ ਤੇ ਨਾ ਰੱਬ ਨੂੰ ਕਦੇ ਟਿਕ ਕੇ ਰੱਬ ਵੀ ਨਹੀਂ ਟਿਕਿਆ ਰੱਬ ਉਹ ਨਹੀਂ ਟਿਕਿਆ ਬਿਲਕੁਲ ਤੇ ਇਸੇ ਕਰਕੇ ਬਹੁਤ ਸਾਰੇ ਰੱਬ ਆ ਤੇ ਬਹੁਤ ਸਾਰੀਆਂ ਘਰ ਵਾਲੀਆਂ ਜਿਹੜੀਆਂ ਘਰ ਵਾਲਿਆਂ ਨੂੰ ਸਿਰ ਤੇ ਚੱਕੀ ਬੈਠੀਆਂ ਸੋ ਪਲੀਜ਼ ਬਚੋ ਜਿੰਨਾ ਬੱਸ ਨਹੀਂ ਉਹ ਦੇਖੋ ਜੀ ਜਿਹੜੀ ਔਰਤ ਆ ਉਹਦਾ ਘਰ ਬਾਛ ਛੱਡ ਕੇ ਥੋੜੇ ਘਰੇ ਆ ਗਈ ਹਾਂਜੀ ਉਹਦੀ ਇੱਜ਼ਤ ਕਰੋ ਰਾਣੀਆ ਉਹਦੀ ਇੱਜ਼ਤ ਕਰੋ ਹਨਾ ਉਹ ਇੱਕ ਡਿਫਰੈਂਟ ਫੈਮਿਲੀ ਚੋਂ ਆਈ ਆ ਡਿਫਰੈਂਟ ਮਾਹੌਲ ਚੋਂ ਆਈ ਆ ਹੋ ਸਕਦਾ ਉਹਨੂੰ ਕਈ ਚੀਜ਼ਾਂ ਫਿੱਟ ਨਾ ਆਉਂਦੀਆਂ ਹੋਣ ਕਈ ਉਹਨੂੰ ਐਡਜਸਟ ਕਰਨੀਆਂ ਪੈਣ ਪਈ ਐਡਜਸਟ ਕਰਨੀਆਂ ਪੈਣ ਨਾ ਕਰਦੀ ਨਾ ਹੁੰਦੀਆਂ ਹੁਣ ਨਾ ਹੁੰਦੀਆਂ ਹੁਣ ਕਿਉਂ ਘਰਾਂ ਦੇ ਮਾਹੌਲ ਚ ਬਹੁਤ ਫਰਕ ਹੁੰਦਾ ਬਿਲਕੁਲ ਜੀ ਹਰ ਘਰ ਦਾ ਡਿਫਰੈਂਟ ਮਾਹੌਲ ਹੁੰਦਾ ਤੁਸੀਂ ਕਿਤੇ ਚਲੇ ਜਾਓ ਭਾਵੇਂ ਤੁਹਾਨੂੰ ਜਿੰਨਾ ਮਰਜ਼ੀ ਵਧੀਆ ਟਰੀਟ ਕਰੇ ਦੋਕ ਦਿਨਾਂ ਬਾਅਦ ਤੋਂ ਉੱਥੇ ਦਮ ਘੁੱਟਣ ਲੱਗ ਜਾਓ ਬਿਲਕੁਲ ਜੀ ਹੁਣ ਕਿਸੇ ਦੇ ਘਰੇ ਜਾ ਕੇ ਜੀ ਤੁਹਾਨੂੰ ਰਹਿਣਾ ਪੈ ਜਾ ਹਾਂ ਜੀ ਹੁਣ ਜਿਹੜੀ ਮੈਂ ਇੱਕ ਇੱਕ ਗੱਲ ਹੋਰ ਸੱਚੋ ਜੋ ਯਾਦ ਆ ਗਈ ਹੈ ਨਾ ਹਾਂ ਜੀ ਬਈ ਸੱਸ ਤੇ ਨੋ ਉਸ ਘਰ ਦੀਆਂ ਨੋਹਾਂ ਹੀ ਨੇ ਦੋਈ ਹਾਂ ਜੀ ਦੋਨੇ ਘਰ ਛੱਡ ਕੇ ਆਈਆਂ ਦੋਨੋਂ ਘਰ ਛੱਡ ਕੇ ਆਈਆਂ ਹੂੰ ਹੂੰ ਤੇ ਸੱਸ ਦੀ ਸਰਦਾਰੀ ਸਿਰਫ ਇੰਨੀ ਸੀ ਵੀ ਮੈਂ ਪਹਿਲਾਂ ਆਈ ਹੂੰ ਇਸ ਕਰਕੇ ਮੈਂ ਡੋਮੀਨੇਟ ਕਰਦੀ ਹੂੰ ਤੂੰ ਕੱਲ ਕੱਲ ਦੀ ਭੂਤ ਨਹੀਂ ਸਿਵਿਆਂ ਚੱਦ ਆਲੀ ਗੱਲ ਹੋ ਗਈ ਹੈ ਨਾ ਪਰ ਕੈਨੇਡਾ ਚ ਉਲਟ ਹੋ ਗਿਆ ਹੂੰ ਹੂੰ ਇੱਥੇ ਵਾਲੇ ਘਰਾਂ ਚ ਨੋ ਕਈ ਵਾਰੀ ਪਹਿਲਾਂ ਆਈ ਹੁੰਦੀ ਆ ਇਹ ਹੁਣ ਦੱਸੋ ਕਿਵੇਂ ਵੀ ਹੁਣ ਜੇ ਇੱਕ ਕੁੜੀ ਮੁੰਡੇ ਨੂੰ ਵਿਆਹ ਕਰਾ ਕੇ ਇੰਡੀਆ ਤੋਂ ਲਿਆਈ ਹਾਂਜੀ ਇੱਥੇ ਘਰ ਬਣ ਗਿਆ ਹਾਂਜੀ ਉਹ ਘਰ ਚ ਨੋ ਤਾਂ ਪਹਿਲਾਂ ਆ ਗਈ ਹਾਂਜੀ 7-5-7 ਸਾਲ ਬਾਅਦ ਆਈ ਬਿਲਕੁਲ ਉਹ ਜ਼ਿੰਦਗੀ ਚ ਨਹੀਂ ਆਈ ਪਰ ਉਹ ਮਤਲਬ ਇਸ ਮੁਲਕ ਚ ਬਾਅਦ ਚ ਆਈ ਉਹਨੇ ਉਹ ਘਰ ਚ ਹਾਂ ਅਮਰਕਾਰ ਘਰ ਚ ਦੇਖੋ ਘਰ ਚੋਂ ਦੀ ਉਹ ਸਰਦਾਰੀ ਸੀ ਨਾ ਸਸ ਜੀ ਮੈਂ ਪਹਿਲਾਂ ਦੀ ਆਈ ਹੋਈ ਆ ਤੂੰ ਮੈਨੂੰ ਲਿਸਨ ਕਰ ਹੂੰ ਹੂੰ ਹੁਣ ਸੱਸ ਪੰਜ ਸਾਲ ਬਾਅਦ ਆਈਏ ਨੋ ਪਹਿਲਾਂ ਦੀ ਆਈ ਸੀ ਉਹ ਕਹਿੰਦੀ ਤੂੰ ਮੈਨੂੰ ਲੈ ਸਕ ਉਹ ਕਹਿੰਦੀ ਵੀ ਤੈਨੂੰ ਨਹੀਂ ਕੋਈ ਪਤਾ ਮੈਂ ਤੈਨੂੰ ਦੱਸ ਮੈਂ ਤੈਨੂੰ ਰਾਹ ਨਹੀਂ ਕਿੰਦਾ ਕਰਨਾ ਇੱਥੇ ਇੰਦਾ ਨਹੀਂ ਕਰਦੇ ਹੁੰਦੇ ਪਰ ਉਹ ਉਹ ਪੁਰਾਣਾ ਟ੍ਰੈਂਡ ਸੀ ਉਹਦੇ ਕੋਲ ਐ ਨਹੀਂ ਕਰੀਦਾ ਹੁੰਦਾ ਪਰ ਉਥੇ ਹੀ ਕੋਈ ਕੋ ਅੱਛਾ ਹੁਣ ਉਹ ਸੱਸ ਕਹਿੰਦੀ ਆ ਵੀ ਮੈਨੂੰ ਸੱਸ ਵਾਲਾ ਸਟੇਟਸ ਨਹੀਂ ਮਿਲ ਰਿਹਾ ਹੂੰ ਇਹ ਜੀਮਾਨੀ ਮੈਂ ਪਰ ਉਹ ਸਮਝੇ ਇਹ ਨਹੀਂ ਲੱਗ ਰਹੀ ਵੀ ਤੇਰਾ ਸਟੇਟ ਤੇ ਹੀ ਸੀ ਵੀ ਤੂੰ ਪਹਿਲਾਂ ਆਈ ਸੀ ਹੂੰ ਹੈਗੀ ਤਾਂ ਤੂੰ ਵੀ ਨੋ ਸੀ ਇਸ ਘਰ ਦੀ ਬਿਲਕੁਲ ਤੂੰ ਪਹਿਲਾਂ ਆਉਣ ਕਰਕੇ ਡੋਮੀਨੇਟ ਕਰਦੀ ਸੀ ਹੁਣ ਤੂੰ ਬਾਅਦ ਜਾਈ ਆ ਹੁਣ ਇਹਨੂੰ ਕਰ ਲੰਦੇ ਹੂੰ ਹਣਾ ਮੈਂ ਬਜ਼ੁਰਗ ਇਹ ਜਿਵੇਂ ਕਹਿੰਦੀ ਆ ਓਮੇਕਰ ਪਰ ਮੈਂ ਇੱਕ ਗੱਲ ਹੈਗੀ ਆ ਪੱਕੀ ਵੀ ਨਾ ਤਾਂ ਸੱਸ ਮਾਂ ਬਣਦੀ ਆ ਹਾਂਜੀ ਤੇ ਨਾਈ ਨੋਤੀ ਬਣਦੀ ਆ ਤੇ ਨਾਈ ਜਵਾਈ ਪੁੱਤ ਬਣਦਾ ਨਾ ਜਵਾਈ ਪੁੱਤ ਬਣਦਾ ਬਸ ਜਵਾਈ ਨੂੰ ਜਵਾਈ ਬਣਾ ਕੇ ਰੱਖੋ ਨੋ ਨੂੰ ਨੋ ਬਣਾ ਕੇ ਰੱਖੋ ਸੱਸ ਨੂੰ ਸੱਸ ਸਮਝੋ ਮਾਂ ਮਾਂ ਵਾਲੀ ਗੱਲ ਨਾ ਲਓ ਮਾਂ ਤਾਂ ਮਾਂ ਹੀ ਹੁੰਦੀ ਆ ਹੈਨਾ ਸੋ ਸੱਸ ਨੂੰ ਉਹਦਾ ਜਿਹੜਾ ਮਸਲਾ ਨਾ ਇਹ ਬਹੁਤ ਕ੍ਰਿਟੀਕਲ ਆ ਹਾਂਜੀ ਈਵਨ ਮੈਂ ਪਹਿਲਾਂ ਸਮਝਦਾ ਸੀ ਵੀ ਇਹ ਸਾਡੇ ਤੇ ਹੀ ਆ ਹਾਂਜੀ ਹੁਣ ਮੈਂ ਦੇਖਿਆ ਵੀ ਤਾਂ ਗੋਰਿਆਂ ਚ ਵੀ ਆ ਬਿਲਕੁਲ ਗੋਰਿਆਂ ਦੇ ਵਿੱਚ ਵੱਧਦਾ ਮੇਰੇ ਹਿਸਾਬ ਨਾਲ ਉੱਥੇ ਉਹ ਤਾਂ ਪਹਿਲਾਂ ਹੀ ਕਲੀਅਰ ਹੁੰਦੇ ਆ ਥਾਟਸ ਇਸ ਕਰਕੇ ਉਹਨਾਂ ਦੇ ਰੌਲੇ ਨਹੀਂ ਪੈਂਦੇ ਪਰ ਇਹ ਚੀਜ਼ਾਂ ਚੱਲਦੀ ਆ ਸਾਰੇ ਕਿਤੇ ਹੀ ਆ ਮਲਕ ਮਲਕ ਠੀਕ ਹੈ ਫਿਰ ਸੁਣੀ ਤੇ ਮੈਂ ਇੱਕ ਹੋਰ ਗੱਲ ਕਰਦਾ ਜੀ ਵੀ ਜਦੋਂ ਤੁਸੀਂ ਕੋਈ ਇੱਕ ਔਰਤ ਵਿਆਹੀ ਜਾਂਦੀ ਹੈ ਤੇ ਉਹਦਾ ਸਭ ਤੋਂ ਪਹਿਲਾ ਫਰਜ਼ ਹੋਰ ਕੋਈ ਹੋਵੇ ਨਾ ਹੋਵੇ ਇੱਕ ਮਰਦ ਦੀ ਜਿਹੜਾ ਆਪਣਾ ਘਰ ਵਾਲਾ ਵਾ ਜੀਦਾ ਤੁਸੀਂ ਲੜਫੜਿਆ ਉਹਦੀ ਇੱਜ਼ਤ ਕਰਨੀ ਬਹੁਤ ਜ਼ਰੂਰੀ ਆ ਫਿਰ ਚਾਹੇ ਉਹ ਕਮਰੇ ਦੇ ਅੰਦਰ ਜੋ ਮਰਜ਼ੀ ਹੁੰਦਾ ਹੋਵੇ ਪਰ ਸਮਾਜਿਕ ਤੌਰ ਦੇ ਉੱਤੇ ਜਦੋਂ ਬਾਹਰ ਵਿਚਰਦੇ ਹੋ ਉਦੋਂ ਤੁਸੀਂ ਉਹਦੀ ਇੱਜ਼ਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਆ ਕਾਰਨ ਉਹਦਾ ਮੈਂ ਤੁਹਾਨੂੰ ਦੱਸਦਾ ਕਿ ਉਹ ਤੁਹਾਡੇ ਘਰ ਦਾ ਜਾਂ ਤੁਸੀਂ ਕਹਿ ਲਓ ਵੀ ਤੁਹਾਡੇ ਸੰਸਾਰ ਦਾ ਤੁਹਾਡਾ ਉਹ ਰਾਜਾ ਵਾ ਤੇ ਤੁਸੀਂ ਉਹਦੀ ਰਾਣੀ ਹੋ ਜੇ ਹੁਣ ਰਾਜੇ ਦੀ ਇੱਜ਼ਤ ਹੋਊਗੀ ਨਾ ਤੇ ਤਾਂ ਹੀ ਰਾਣੀ ਦੀ ਕਦਰ ਪਾਊਗੀ ਜੇ ਰਾਜੇ ਦੀ ਇੱਜ਼ਤ ਤੁਸੀਂ ਮਤਲਬ ਖਲਾਰ ਦੋਗੇ ਸਮਾਜਿਕ ਤੌਰ ਦੇ ਉੱਤੇ ਉਹਨੂੰ ਤੂੰ ਕਹਿ ਕੇ ਜਾਂ ਉਹਨੂੰ ਉੱਚੀ ਬੋਲ ਕੇ ਜਾਂ ਉਹਦੀ ਬੇਇੱਜ਼ਤੀ ਕਰਕੇ ਸੋਚਦੇ ਹੋ ਕਿ ਸਾਨੂੰ ਵੱਧ ਅਧਿਕਾਰ ਆ ਨਹੀਂ ਸੌਰੀ ਟੂ ਸੇ ਤੁਸੀਂ ਆਪਦੀ ਇੱਜ਼ਤ ਲੂਜ਼ ਕਰ ਰਹੇ ਹੋ ਉਹ ਜਿਹੜਾ ਰਾਣੀ ਦਾ ਪਦ ਆ ਨਾ ਉਹ ਤਾਂ ਹੀ ਆ ਜਿਉ ਰਾਜਾ ਹੈਗਾ ਵਾ ਸੋ ਰਾਜਨੇ ਰਾਣੀ ਬਣਾ ਕੇ ਰੱਖਿਆ ਹੋਇਆ ਇਹਨਾਂ ਨੂੰ ਸਾਹਮਣੇ ਰੱਖੋ ਇਹ ਦੋਨੇ ਪਾਸੇ ਹੀ ਆ ਗੱਲ ਫਿਰ ਇਹ ਮਰਦਾਂ ਵਾਸਤੇ ਵੀ ਹੈ ਤੇ ਔਰਤਾਂ ਵਾਸਤੇ ਵੀ ਜੋ ਕਮਰੇ ਦੀ ਗੱਲ ਆ ਉਹ ਤੁਹਾਡੀ ਬਾਹਰ ਨਹੀਂ ਜਾਣੀ ਚਾਹੀਦੀ ਬਾਹਰ ਇੱਜ਼ਤ ਪੂਰੀ ਬਰਕਰਾਰ ਰੱਖੋ ਲਈਏ ਜੱਜ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ